ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜਲਿਆਂਵਾਲਾ ਬਾਗ ਖੂਨੀ ਸਾਕਾ ਦੇ 100 ਸਾਲ ਹੋ ਚੁੱਕੇ ਆ। ਇਹ 100 ਸਾਲ ਮੌਕੇ ਸ਼ਤਾਬਦੀ ਸਮਾਗਮ ਹੋਣੇ ਆ ਅਤੇ ਇਸ 'ਤੇ ਸਿਆਸਤ ਹੋ ਰਹੀ ਆ, ਪਰ ਇਸ ਸਿਆਸਤ ਤੋਂ ਪਹਿਲਾਂ ਉਹਨਾਂ ਸ਼ਹਾਦਤ ਦੇਣ ਵਾਲਿਆਂ ਨੂੰ, ਸਾਰਿਆਂ ਨੂੰ ਅਸੀਂ ਇਸ ਮੰਚ ਤੋਂ ਪ੍ਰਣਾਮ ਕਰਦੇ ਹਾਂ। ਸ਼ਹੀਦ ਊਧਮ ਸਿੰਘ ਅਤੇ ਵਰਗੇ ਹੋਰ ਜਿਹੜੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਉਹਨਾਂ ਸਾਰਿਆਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਅਤੇ ਇਸ ਸਿਆਸਤ ਨੂੰ ਅਸੀਂ ਸਵਾਲ ਜ਼ਰੂਰ ਪੁੱਛਾਂਗੇ। ਖੂਨੀ ਸਾਕੇ ਦੇ 100 ਸਾਲ ਹੋਏ ਆ ਅਤੇ ਸਵਾਲ ਇੱਕ ਪੁੱਛਿਆ ਜਾ ਰਿਹਾ ਕਿ ਬ੍ਰਿਟਿਸ਼ ਸਰਕਾਰ ਮਾਫ਼ੀ ਮੰਗੇ। ਬ੍ਰਿਟਿਸ਼ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ? ਉਸ ਦੀ ਭੂਮਿਕਾ ਕੀ ਸੀਗੀ? ਉਸ 'ਤੇ ਉਹਨਾਂ ਨੂੰ ਅਫਸੋਸ ਜਿਤਾ ਕੇ ਪੱਲਾ ਨਹੀਂ ਛਡਾਉਣਾ ਚਾਹੀਦਾ। ਪਰ ਇਸ ਖੂਨੀ ਸਾਕੇ ਦੇ 100 ਸਾਲ 'ਤੇ ਹੋਰ ਕੌਣ ਕੌਣ ਮਾਫ਼ੀ ਮੰਗੇ? ਇਸ 'ਤੇ ਸਵਾਲ ਪੁੱਛਾਂਗੇ। ਅਤੇ ਇਸੇ ਕਰੀ ਅਸੀਂ ਸਵਾਲ ਪੁੱਛ ਰਹੇ ਹਾਂ ਕਿ ਖੂਨੀ ਸਾਕੇ ਦੇ 100 ਸਾਲ ਕੌਣ ਕੌਣ ਮੰਗੇ ਮਾਫ਼ੀ? ਟੂ ਦਾ ਪੁਆਇੰਟ ਵਿੱਚ ਅੱਜ ਬਹਿਸ ਕਿਉਂ ਕਰ ਰਹੇ ਹਾਂ ਤੁਹਾਨੂੰ ਦੱਸਦੀਏ। ਖੂਨੀ ਸਾਕੇ 'ਤੇ ਸਿਆਸਤ ਹੋ ਰਹੀ ਹੈ, ਜਲਿਆਂਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ 'ਤੇ ਸਮਾਗਮਾਂ 'ਤੇ ਸਿਆਸਤ ਹੋ ਰਹੀ ਹੈ। 100 ਸਾਲ ਪੂਰੇ ਹੋਣ 'ਤੇ ਕੇਂਦਰੀ ਅਤੇ ਸੂਬਾਈ ਸਿਆਸਤ ਵਿੱਚ ਖਿੱਚੋਤਾਣ ਚੱਲ ਰਹੀ ਹੈ। ਜਲਿਆਂਵਾਲਾ ਬਾਗ ਕੌਮੀ ਯਾਦਗਾਰੀ ਟਰੱਸਟ 'ਤੇ ਵੀ ਸਵਾਲ ਉੱਠੇ ਆ। ਕੇਂਦਰ ਸਰਕਾਰ ਤੋਂ 100 ਕਰੋੜ ਦੇ ਫੰਡ ਮਨਜ਼ੂਰ ਨਾ ਹੋਣ 'ਤੇ ਰੋਸ ਪ੍ਰਗਟਾਇਆ ਜਾ ਰਿਹਾ ਅਤੇ ਇਸ 'ਤੇ ਸਿਆਸਤ ਵੀ ਕੀਤੀ ਜਾ ਰਹੀ ਹੈ। 100 ਸਾਲ ਬਾਅਦ ਵੀ ਬਰਤਾਨਵੀ ਸਰਕਾਰ ਤੋਂ ਮਾਫ਼ੀ ਦੀ ਮੰਗ ਬਾਕੀ ਹੈ। ਪ੍ਰਧਾਨ ਮੰਤਰੀ ਥਰੇਸਾ ਮੇ ਨੇ ਹਾਊਸ ਆਫ ਕਾਮਨ 'ਚ ਸਿਰਫ ਅਫਸੋਸ ਜਤਾਇਆ। ਥਰੇਸਾ ਮੇ ਵੱਲੋਂ ਮਾਫ਼ੀ ਨਾ ਮੰਗਣ 'ਤੇ ਹਰ ਵਰਗ ਵਿੱਚ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਸਵਾਲ ਇੱਕੋ ਹੀ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਸਰਕਾਰਾਂ ਕੀ ਭੁੱਲੀਆਂ? ਇਸ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪਟਿਕਾ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਮੇਜਰ ਏ ਪੀ ਸਨਵਾਰੀਆ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ, ਸਨਵਾਰੀਆ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁੰਵਰ ਉਦਮ ਸਿੰਘ ਰਾਠੌਰ ਕਾਂਗਰਸ ਦੇ ਬੁਲਾਰੇ ਆ, ਰਾਠੌਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸਨਵਾਰੀਆ ਸਾਹਿਬ ਤੁਹਾਨੂੰ ਹੀ ਬਣਦਾ। ਸਨਵਾਰੀਆ ਸਾਹਿਬ ਜੀ, ਸਵਾਲ ਬੜਾ ਚੁਭੂਗਾ ਤੁਹਾਨੂੰ। ਨਹੀਂ ਕੋਈ ਬਾਤ ਨਹੀਂ। ਜਦੋਂ ਅਸੀਂ ਬੁੱਤ ਬਣਾਉਂਦੇ ਹਾਂ, ਮੂਰਤੀਆਂ ਬਣਾਉਣੀਆਂ, ਉਹਨਾਂ ਤੁਸੀਂ 3-3, 4-4 ਹਜ਼ਾਰ ਕਰੋੜ ਅਸੀਂ ਲਾ ਦਿੰਦੇ ਹੈਗੇ ਹਾਂ, ਸ਼ਤਾਬਦੀ ਸਮਾਗਮ ਮੌਕੇ 100 ਕਰੋੜ ਜਾਰੀ ਕਿਉਂ ਨਹੀਂ ਕੀਤੇ ਤੁਸੀਂ? ਕੇਪੀ ਜੀ, ਤੁਸੀਂ ਕਿਹਾ ਕਿ ਸਵਾਲ ਚੁਭੂਗਾ, ਜਿੰਨਾ ਸੈਕਰੀਫਾਈਸ ਉਹ ਹਜ਼ਾਰੋਂ ਆਜ਼ਾਦੀ ਦੀਵਾਨਾਂ ਨੇ ਕੀਤੀ ਸੀ, ਉਹਨਾਂ ਦੇ ਜਿਹੜੇ ਤਕਲੀਫ ਦੇ ਅੱਗੇ ਇਹ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛ ਰਹੇ ਹੋ, ਸਾਨੂੰ ਨਹੀਂ ਚੁਭਦਾ। ਮੈਂ ਆਪ ਜੀ ਦੇ ਚੈਨਲ ਦੇ ਨਾਲ ਸਾਰੇ ਭਾਰਤ ਵਾਸੀਆਂ ਵੱਲੋਂ ਉਹਨ ਹਜ਼ਾਰੋਂ ਲੋਕਾਂ ਜਿਹੜਾ ਨੇ ਆਪਣੀ ਜ਼ਿੰਦਗੀ ਸੈਕਰੀਫਾਈਸ ਕੀਤੀ, ਉਹਨਾਂ ਨੂੰ ਸਰ ਨਵਾਉਂਦਾ ਨਾ। ਹੁਣ ਗੱਲ ਇਹ ਹੈ ਕਿ ਅਸੀਂ, ਤੁਸੀਂ ਕਹਿੰਦੇ ਹੋ ਕਿ 100 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਅਸੀਂ ਨਹੀਂ ਰਿਲੀਜ਼ ਕੀਤਾ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਿਆਸੀ ਫੰਡ ਜਲਿਆਂਵਾਲਾ ਬਾਗ ਹੈ, ਇਹਦਾ ਬਾਈ ਅਪੁਆਇੰਟਮੈਂਟ ਪ੍ਰਾਈਮ ਮਿਨਿਸਟਰ ਦਾ ਚੇਅਰਮੈਨ ਹੁੰਦਾ ਨੇ, ਔਰ ਇਹ ਜਿਹੜਾ ਕੇਸ 1919 ਦਾ ਹੋ ਕੇ 100 ਸਾਲ ਦਾ ਹੋ ਗਿਆ, ਔਰ ਉਹ 100 ਸਾਲ ਦੇ ਪਹਿਲੇ ਕਿੰਨੇ ਕਿੰਨੇ ਇਹਦੇ ਚੇਅਰਮੈਨ ਰਹੇ ਔਰ ਕੀ ਇੱਥੇ, ਮੈਂ ਉੱਥੇ ਨਹੀਂ ਜਾਓ ਸਰਵਾਰੀ ਸਾਹਿਬ ਜਾਓ ਹਾਂ ਜਾਣ ਫਿਰ ਜਾਣਾ ਸੁਣੋ ਤਾਂ ਮੈਂ ਉਹ ਕਹਿਣਾ ਚਾਹੁੰਦਾ ਕਿ 1947 ਤੋਂ ਤੁਸੀਂ ਇਸ ਟਰਸਟ ਦਾ ਗਠਨ ਕਰਨ ਲੱਗੇ ਕਿੰਨੇ ਮਹੀਨੇ ਲਾਏ, ਉਹ ਵੀ ਦੱਸੋ। ਮੈਂ ਉਹ ਕਹਿਣਾ, ਮੈਂ ਦੇਖੀਏ ਸਾਡੀ ਸਰਕਾਰ ਨਰਿੰਦਰ ਭਾਈ ਮੋਦੀ ਜੀ ਦੇ ਨੇਤਰਤਵ ਵਿੱਚ ਜਿੱਥੇ ਵੀ ਇਤਿਹਾਸਿਕ ਛਣ ਹੈ, ਇਤਿਹਾਸਿਕ ਇੰਪੋਰਟੈਂਸ ਹੁੰਦਾ, ਜਿਹਨਾਂ ਆਰਮੀਆਂ ਦੇ ਜਿਹੜੇ ਸਮਾਰਕ, ਜਿਹੜੇ ਜਿਹਨਾਂ ਲੋਕਾਂ ਨੇ ਸੈਕਰੀਫਾਈਸ ਕੀਤਾ, ਅੱਜ ਤੱਕ ਕਦੀ ਸਮਾਰਕ ਨਹੀਂ ਬਣੇ, ਉਹ ਇਹ ਸਰਕਾਰ ਨੇ। ਪੈਸੇ ਦੀ ਕੋਈ ਲੋੜ ਨਹੀਂ, ਕੋਈ ਕਮੀ ਨਹੀਂ ਹੈ ਪੈਸੇ ਦੀ, ਬਟ ਕਿਵੇਂ ਪੈਸਾ ਜਿਹੜਾ ਹੈ ਉਹ ਅਨਸਰਵੇਬਿਲਿਟੀ ਦੀ ਲੋੜ ਹੈ। ਠੀਕ ਹੈ, ਕੁੰਵਰ ਉਦਮ ਸਿੰਘ ਰਾਠੌਰ, ਇਹ ਪੈਸੇ ਦੇ ਮਾਮਲੇ ਸਿਆਸਤ ਨਹੀਂ ਹੋਣੀ ਚਾਹੀਦੀ? ਕੇਪੀ ਜੀ, ਪਹਿਲਾਂ ਤਾਂ ਅੱਜ ਬਹੁਤ ਨਮਨ ਕਰਦੇ ਹਾਂ, ਪ੍ਰਣਾਮ ਕਰਦੇ ਹਾਂ ਉਹ ਜਿਹੜੇ ਬੇਨਾਮੇ ਸ਼ਹੀਦ, ਜਿਨ੍ਹਾਂ ਦਾ ਪਤਾ ਵੀ ਨਹੀਂ ਵੀ ਕੌਣ ਕੌਣ ਕਿੱਥੋਂ ਕਿੱਥੋਂ ਆਏ ਹੋਏ ਸੀਗੇ, ਔਰ ਆਜ਼ਾਦੀ ਦੀ ਲੜਾਈ ਦੇ ਅੰਦਰ ਉਹਨਾਂ ਨੇ ਜੋ ਸ਼ਹੀਦੀਆਂ ਪਾਈਆਂ, ਆਪਾਂ ਸਾਰੇ, ਮੈਂ ਸਮਝਦਾ ਕਿ ਅੱਜ ਅਸੀਂ ਸ਼ਰਧਾਂਜਲੀ ਉਹਨਾਂ ਨੂੰ ਭੇਂਟ ਕਰਦੇ ਹਾਂ। ਗੱਲ ਇਹ ਹੈ ਕਿ ਵਾਕਈ ਇਹ ਮੁੱਦਾ ਇੱਕ ਇਹੋ ਜਿਹਾ ਮੁੱਦਾ ਹੈ ਕਿ ਇਹਦੇ ਉੱਤੇ ਸਿਆਸਤ ਹੋਣੀ ਨਹੀਂ ਚਾਹੀਦੀ, ਲੇਕਿਨ ਇਹ ਰਾਜਨੀਤੀ ਦੇ ਅੰਦਰ ਪਿਛਲੇ ਕੁਛ ਸਮੇਂ ਤੋਂ ਜੋ ਰਾਜਨੀਤਿਕ ਮਾਹੌਲ ਚੇਂਜ ਹੋਇਆ, ਤਾਂ ਹਰ ਚੀਜ਼ ਦੇ ਅੰਦਰ ਇਹ ਰਾਜਨੀਤੀ ਦੀ ਸ਼ੁਰੂਆਤ ਹੋ ਗਈ ਹੈ। ਦੇਖੋ, ਪਹਿਲਾਂ ਜਦ ਅਸੀਂ ਇਹਦਾ ਹੈਰੀਟੇਜ ਬਣਾਇਆ ਉਹਨੂੰ, ਨੈਸ਼ਨਲ ਮੈਮੋਰੀਅਲ ਫੋਰ ਹੈਰੀਟੇਜ ਆਫ ਨੈਸ਼ਨਲ ਇੰਪੋਰਟੈਂਸ ਜਦ ਇਹਨੂੰ ਨਾਮ ਦਿੱਤਾ ਗਿਆ, ਤਾਂ ਦੇਖੋ ਇੱਕ ਬਹੁਤ ਵੱਡੀ ਕੁਰਬਾਨੀ ਸੀ, ਔਰ ਅਸੀਂ ਹੁਣ ਤੱਕ ਜੋ ਇਹਦੀ ਦੇਖਭਾਲ ਦਾ ਉਹ ਸੀਗਾ, ਜਿਹੜੀ ਕਮੇਟੀ ਬਣੀ ਸੀ ਉਹਦੇ ਪ੍ਰਧਾਨ ਮੰਤਰੀ ਚੇਅਰਮੈਨ ਹੁੰਦੇ ਹੈ,
ਔਰ ਇਹਦੀ ਹਿਸਟੋਰੀਕਲ ਜਿਹੜੀ ਪਿਕਚਰ ਸੀ ਉਹਨੂੰ ਰੱਖਦੇ ਹੋਏ ਜੋ ਮੇਨਟੇਨ ਕਰ ਸਕੇ ਸੀ ਹੁਣ ਤੱਕ ਕਰਿਆ। ਲੇਕਿਨ ਇਹ ਗੱਲ ਵੀ ਇਹਦੇ 'ਚ ਕੋਈ ਮੈਂ ਕਹਿੰਦਾ ਕੋਈ ਸ਼ੰਕਾ ਨਹੀਂ ਹੈਗੀ, ਅਸੀਂ ਗੁਰੇਜ਼ ਨਹੀਂ ਕਰਦੇ ਕਿ ਜਿਹੜੇ ਜਿਹੜੇ ਸ਼ਤਾਬਦੀ ਸਮਾਰੋਹ ਹੁੰਦੇ ਨੇ ਜਾਂ ਜਿਹੜੇ 50 ਸਾਲੇ ਸਮਾਰੋਹ ਹੁੰਦੇ ਨੇ ਉਹ ਇੱਕੋ ਅਲੱਗ ਰੂਪ ਦੇ ਵਿੱਚ ਮਨਾਏ ਜਾਣੇ ਚਾਹੀਦੇ ਆ ਅਤੇ ਜਿਹੜੀ ਉਹਨਾਂ ਦੀ ਹੈਰੀਟੇਜ ਹੈ ਉਹਨਾਂ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੇ ਉੱਤੇ ਕੋਈ ਨਾ ਕੋਈ ਅਜਿਹਾ ਮਤਲਬ ਉਸ ਜਗ੍ਹਾ ਨੂੰ ਬਣਾਉਣਾ ਚਾਹੀਦਾ ਤਾਂ ਜੋ ਲੋਕ ਹੈ ਕਿ ਉਹ ਉਸ ਚੀਜ਼ ਨੂੰ ਯਾਦ ਰੱਖ ਸਕਣ। ਲੇਕਿਨ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਹੁਣ ਤੱਕ, ਕੋਈ ਜਵਾਬ ਨਹੀਂ ਦਿੱਤਾ। ਦੱਸੋ ਕੀ ਪੁੱਛਣਾ ਤੁਸੀਂ? ਮੇਰਾ ਸਵਾਲ ਬੜਾ ਸਿੰਪਲ ਹੈ, ਤੁਸੀਂ ਕਹਿੰਦੇ ਸਰਕਾਰ 'ਤੇ ਸਵਾਲ ਪੁੱਛਦੇ ਪਏ ਹੋ ਕਿ ਇਹਨਾਂ ਨੇ ਸਾਡੀ ਮੰਗ ਨਹੀਂ ਮੰਨੀ ਹੈ ਕਿ ਅਸੀਂ ਸਮਾਗਮ ਉਸ ਤਰੀਕੇ ਨਾਲ ਕਰ ਨਹੀਂ ਸਕੇ, ਉਹਦਾ ਜਵਾਬ ਕੀ ਹੈਗਾ ਤੁਹਾਡੇ ਕੋਲੇ? ਦੇਖੋ ਸਮਾਗਮ ਤਾਂ ਹੋ ਰਹੇ ਹੈ, ਪ੍ਰੋਗਰਾਮ ਤਾਂ ਹੋ ਰਹੇ ਹੈ, ਜਿਹੜਾ ਪੰਜਾਬ ਸਰਕਾਰ ਨੇ ਪ੍ਰੋਗਰਾਮ ਮੀਤੇ ਹੋਏ ਸੀ ਉਹ ਪ੍ਰੋਗਰਾਮ ਹੋ ਰਹੇ ਹੈ। ਲੇਕਿਨ ਇਹਦੇ 'ਚ ਇੱਕ ਗੱਲ ਹੋਰ ਵੀ ਹੈ ਕਿ ਜਿਹੜਾ ਚਿੱਠੀਆਂ ਲਿਖਦੇ ਪਿਆ ਵੀ ਲਿਖਦੇ ਪਿਆ, ਜਿਹੜਾ ਚਿੱਠੀਆਂ ਲਿਖਦੇ ਪਿਆ ਵੀ ਲਿਖਦੇ ਪਿਆ, ਇਹ ਤਾਂ ਅਸੀਂ ਮੰਗਿਆ ਨਾ। ਇਹ ਜਿਹੜੇ ਉੱਥੇ ਪ੍ਰੋਗਰਾਮ ਹੋਣੇ ਸੀ ਉਹਨਾਂ ਦਾ 100 ਕਰੋੜ ਨਹੀਂ ਖਰਚ ਹੋਣਾ, ਉਹਨਾਂ ਤੇ 100 ਕਰੋੜ ਨਹੀਂ ਖਰਚ ਹੋਣਾ, ਇਹ ਤਾਂ ਮੈਮੋਰੀਅਲ ਨੂੰ ਡਿਵੈਲਪ ਕਰਨ ਵਾਸਤੇ ਉੱਤੇ ਉਹਨੂੰ ਰਾਖਵਾ ਰੱਖਣ ਵਾਸਤੇ ਉਸ ਚੀਜ਼ ਤੇ ਖਰਚ ਹੋਣਾ। ਅਗਰ ਆਪਾਂ ਕਹੀਏ ਕੈਂਡਲ ਮਾਰਚ ਆ ਤਾਂ 100 ਕਰੋੜ ਰੁਪਏ ਖਰਚ, ਉਹਦਾ ਤੁਕ ਵੀ ਕੀ ਹੈ? ਇਹ ਗੱਲ ਹੈ, ਅਸੀਂ ਡਿਮਾਂਡ ਕੀਤੀ ਸੀ ਸ਼ਤਾਬਦੀ ਸਮਾਰੋਹ ਤੇ ਹੋਣੀ ਚਾਹੀਦੀ ਹੈ। ਚੰਦੀ ਬਰਾੜ, ਚੰਦੀ ਬਰਾੜ, ਤੁਸੀਂ ਅੰਮ੍ਰਿਤਸਰ ਦੇ ਬਿਊਟੀਫਿਕੇਸ਼ਨ 'ਤੇ ਬਹੁਤ ਤੁਸੀਂ ਦਾਅਵਾ ਕਰਦੇ ਹੋ, ਬੜਾ ਕੰਮ ਕੀਤਾ ਹੈਗਾ। ਜਲ੍ਹਿਆਂਵਾਲਾ ਬਾਗ ਬਹੁਤ ਇਤਿਹਾਸਿਕ ਸਾਡੀ ਧਰੋਹਰ ਹੈਗੀ ਆ ਉੱਥੇ, ਅਤੇ ਉਸ ਮਾਮਲੇ ਦੇ ਵਿੱਚ ਤੁਸੀਂ ਕੇਂਦਰ ਸਰਕਾਰ 'ਤੇ ਦਬਾਅ ਪਾ ਸਕਦੇ? ਦੇਖੋ, ਇੱਕ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੋ ਉੱਥੇ ਖੂਨੀ ਸਾਕਾ ਵਾਪਰਿਆ ਉਹਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਅੱਜ ਯਾਦ ਕਰਦੇ ਹਾਂ, ਜੇ ਖੁੱਲ੍ਹੀ ਹਵਾ ਦਾ ਨਿੱਘ ਮਾਨ ਰਹੇ ਹਾਂ, ਤੁਹਾਡੇ ਨਾਲ ਖੁੱਲ੍ਹੀਆਂ ਬੈਠ ਕੇ ਗੱਲਾਂ ਕਰ ਰਹੇ ਹਾਂ ਤਾਂ ਸਮਝ ਲਓ ਉਹਨਾਂ ਸ਼ਹੀਦਾਂ ਕਰਕੇ ਹੀ ਹੈ। ਇੱਕ ਗੱਲ ਦੂਜੀ, ਮੈਂ ਬੇਨਤੀ ਕਰਾਂ ਕਿ ਉੱਥੇ ਕਿਸ ਕਿਸਮ ਦੀ ਜਿਹੜੀ ਹੈਗੀ ਆ ਯਾਦਗਾਰ ਹੋਰ ਵੱਡਾ ਕਰਨਾ ਚਾਹੁੰਦੇ ਆ, ਕੀ ਬਣਾਉਣਾ ਚਾਹੁੰਦੇ ਆ, ਇਹ ਮੌਕੇ ਦੀ ਗਵਰਨਮੈਂਟ ਨੇ ਜੇ ਕੋਈ ਪਲਾਨ ਬਣਾਇਆ ਹੈ ਤਾਂ ਅਸੀਂ ਵੀ ਸਰਕਾਰ ਤੋਂ ਮੰਗ ਕਰਾਂਗੇ, ਜਿਹੜੀ ਕਿ ਅਸੀਂ ਕੇਂਦਰ ਦੀ ਸਰਕਾਰ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਪਹਿਲਾਂ ਹੀ ਇਸ ਚੀਜ਼ ਨੂੰ ਮਨਜ਼ੂਰ ਕੀਤਾ ਸੀ ਕਿ ਅਸੀਂ ਜੋ ਲੋੜੀਂਦਾ ਹੋਇਆ ਅਸੀਂ ਦੇਵਾਂਗੇ। ਮੇਰਾ ਖਿਆਲ ਹੈ ਕਿ ਇਲੈਕਸ਼ਨ ਕੋਡ ਦੇ ਵਿੱਚ ਇਦੋਂ ਜ਼ਿਆਦਾ ਕੋਈ ਗੱਲ ਕਰ ਲੈਣੀ ਸਾਡੇ ਲਈ ਬਹੁਤੀ ਕੋਈ ਠੀਕ ਨਹੀਂ ਹੋਏਗੀ, ਪਰ ਜੋ ਚਾਹੀਦਾ ਹੋਊਗਾ ਇਹਦੇ 'ਚ ਕੋਈ ਇੱਕ ਸਰਕਾਰ ਇੱਕ ਪਾਰਟੀ ਦਾ ਮੁੱਦਾ ਜਾਂ ਮਸਲਾ ਨਹੀਂ ਹੈ, ਕੋਈ ਵੀ ਪਾਰਟੀ ਦੀ ਸਰਕਾਰ ਹੋਵੇ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ। ਬਿਲਕੁਲ, ਸਿਆਸਤ ਤੋਂ ਉੱਪਰ ਉੱਠ ਕੇ ਕਰ ਰਿਹਾ ਮੈਂ, ਬੇਨਤੀ ਇਹੀ ਕਰੂੰਗਾ ਕਿ ਇਹ ਸਾਰੇ ਨੂੰ ਰਲ ਮਿਲ ਕੇ ਇਹਦੇ ਇਹਨਾਂ 'ਚ ਜੇ ਕੋਈ ਉੱਥੇ ਸਮਾਰਕ ਬਣਨੀ ਹੈ ਜਾਂ ਜੋ ਵੀ ਉੱਥੇ ਕੋਈ ਇਹ ਕਿਸੇ ਕਿਸਮ ਦੀ ਯਾਦਗਾਰ ਹੋਰ ਵੱਡੀ ਕਰਨੀ ਹੈ, ਜੋ ਵੀ ਬਣਨਾ, ਤਾਂ ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਉਹਦੇ 'ਚ ਹਿੱਸਾ ਪਾਉਣਾ ਚਾਹੀਦਾ ਆਪਣੇ ਆਪਣੇ ਲੋੜ। ਠੀਕ ਹੈ, ਸੰਗੜਾ ਸਰ ਕੀ ਕਮੈਂਟ ਕਰੋਗੇ ਤੁਸੀਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਜਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇੰਡੀਆ ਦੀ ਆਜ਼ਾਦੀ ਦੇ ਵਾਸਤੇ ਸਲਿਊਟ ਕਰਦਾ ਹਾਂ। ਬੜੀ ਮਾੜੀ ਗੱਲ ਹੈ, ਵੈਸੇ ਇੰਨੇ ਸਾਲ ਹੋ ਗਏ ਆ ਆਜ਼ਾਦੀ ਨੂੰ, ਉਸ ਤੋਂ ਬਾਅਦ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣਦੀ ਹੈ, ਪਰ ਹੁਣ ਜਦੋਂ ਇਸ਼ੂ ਹਾਈਲਾਈਟ ਵੀ ਹੋ ਗਿਆ ਉਸ ਵੇਲੇ ਵੀ 7 ਮਹੀਨੇ ਤਾਂ ਬੋਰਡ ਦੇ ਮੈਂਬਰ ਟਰੱਸਟ ਦੇ ਮੈਂਬਰ ਲਗਾਉਣ ਨਹੀਂ ਲੱਗਾ, ਉਸ ਤੋਂ ਬਾਅਦ ਪੈਸੇ ਜਿਹੜੇ ਆ ਉਹ ਵੀ ਰਿਲੀਜ਼ ਨਹੀਂ ਕੀਤੇ ਹੈਗੇ, ਅਤੇ ਜਿਹੜੀ ਸੂਬਾ ਸਰਕਾਰ ਹੈ ਉਹ ਵੀ ਆਪਣੇ ਲੈਵਲ 'ਤੇ ਕੁਛ ਇੰਤਜ਼ਾਮ, ਚਲੋ ਜਿਹੜੇ ਸੈਲੀਬ੍ਰੇਸ਼ਨਸ ਆ ਜਿਹੜਾ ਅੱਜ ਦੇ ਦਿਨ ਦਾ ਜਾਂ ਹੋਰ, ਉਹ ਤਾਂ ਪ੍ਰਬੰਧ ਕੁਛ ਕੀਤੇ ਜਾ ਸਕਦੇ ਸੀਗੇ, ਜਾਂ ਕਿਤੇ ਫੋਲੋਅਪ ਦੀ ਘਾਟ ਰਹਿ ਗਈ ਆ ਜਾਂ ਕੀ ਗੱਲ ਹੈਗੀ ਆ, ਉਹ ਇਹ ਬੜੀ ਮੰਦਭਾਗੀ ਘਟਨਾ ਆ। ਮੈਂ ਬਹੁਤਾ ਕਿਸੇ ਦੇ ਅਗੇਂਸਟ ਨਹੀਂ ਇੱਥੇ ਬੋਲਣਾ ਚਾਹੁੰਦਾ, ਬਟ ਅਨਫੋਰਚੁਨੇਟਲੀ ਕੇਂਦਰ ਦੀ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹਦਾ ਆਪਣਾ ਜਿਹੜਾ ਵਜੂਦ ਹੀ ਇੰਟਰਨਲ ਇੰਡੀਅਨਸ ਨੂੰ ਆਪ ਇੱਕ ਦੂਜੇ ਨਾਲ ਧਰਮ ਦੇ ਨਾਂ 'ਤੇ ਅਤੇ ਜਾਤ ਪਾਤ ਦੇ ਨਾਂ 'ਤੇ ਲੜਾਉਣ 'ਤੇ ਇਹਨਾਂ ਦਾ ਸਾਰਾ ਵੋਟ ਬੈਂਕ ਆ, ਹੋਰ ਦੂਜੇ ਪਾਸੇ ਇਹਨਾਂ ਦਾ ਕਿਸੇ ਪਾਸੇ ਧਿਆਨ ਹੀ ਨਹੀਂ ਜਾਂਦਾ ਹੈਗਾ। ਸੋ ਇਹ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਆਜ਼ਾਦੀ ਜਿਹੜੀ ਆ ਇੰਨੀਆਂ ਸ਼ਹੀਦੀਆਂ ਦੇ ਕੇ ਆਜ਼ਾਦੀ ਲਈ ਆ, ਸ਼ਹੀਦ ਊਧਮ ਸਿੰਘ ਵਰਗੇ ਨੌਜਵਾਨਾਂ ਨੇ ਉਸ ਕਾਂਡ ਦਾ ਬਦਲਾ ਵੀ ਲਿਆ, ਭਗਤ ਸਿੰਘ ਹੁਣੀ ਹੋ ਗਿਆ, ਰਾਜਗੁਰੂ ਸੁਖਦੇਵ ਹੋ ਗਿਆ, ਕਿੰਨੀਆਂ ਅਣਗਿਣਤ ਕੁਰਬਾਨੀਆਂ ਹੈ ਜਿਹ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਅਤੇ ਸਿੱਖਾਂ ਨੇ ਕੀਤੀਆਂ। ਔਰ ਉਹ ਜਗ੍ਹਾ ਇਹ ਬੀਜੇਪੀ ਦੇ ਨੁਮਾਇੰਦੇ ਕਹਿ ਰਹੇ ਸੀ ਵੀ ਜਿੱਥੇ ਕੋਈ ਇੱਦਾਂ ਦੀ ਗੱਲ ਹੈਗੀ ਬੜਾ ਧਿਆਨ ਰੱਖਿਆ ਗਿਆ ਸੀ ਥਾਵਾਂ ਦਾ ਜਾਂ ਕਿਸ ਤਰ੍ਹਾਂ, ਇੱਦੋਂ ਵੱਡੀ ਜਗ੍ਹਾ ਇੱਦੋਂ ਵੱਡੀ ਹਿਸਟਰੀ ਦੁਨੀਆ 'ਚ ਕਿਤੇ ਨਹੀਂ ਹੋਣੀ ਜਿੱਥੇ ਇੱਕ ਗਲੀ ਉਸ ਬਾਗ ਨੂੰ ਜਾਂਦੀ ਸੀਗੀ, ਉਸੇ ਗਲੀ ਦੇ ਵਿੱਚ ਦੀ ਐਗਜ਼ਿਟ ਲਿਆ ਜਾ ਸਕਦਾ ਸੀਗਾ, ਉਸ ਗਲੀ ਦੇ ਵਿੱਚੋਂ ਹੀ ਮਸ਼ੀਨ ਗੰਨਾਂ ਰਾਹੀਂ ਗੋਲੀਆਂ ਦੀ ਵਿਛਾੜ ਸੀਗੀ, ਇੱਕ ਖੂਹ ਦੇ ਵਿੱਚ ਇੰਨੇ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ, ਤੁਸੀਂ ਦੇਖ ਲਓ ਕੋਈ ਲਾਸ਼ਾਂ ਦੇ ਨਾਲ ਬੋਡੀ ਦੇ ਨਾਲ ਖੂਹ ਭਰ ਗਿਆ ਸੀਗਾ, ਅਤੇ ਸਾਡੀ ਸਰਕਾਰ ਇੱਥੇ ਭੁੱਲੀ ਬੈਠੀ ਆ, ਕਿਸੇ ਨੂੰ 100 ਸਾਲ ਸ਼ਤਾਬਦੀ ਹੈ, ਸ਼ਤਾਬਦੀ ਅੱਖਾਂ 'ਚ ਅੱਥਰੂ ਆ ਜਾਂਦੇ ਆ ਸੋਚ ਕੇ, ਇੱਕ ਦਿਲ ਦਹਿਲ ਜਾਂਦਾ ਇੰਨੇ ਸਾਲਾਂ ਬਾਅਦ ਵੀ, ਜੇ ਤੁਸੀਂ ਇਮੈਜਿਨ ਕਰਦੇ ਹਾਂ ਤਾਂ ਇੱਦਾਂ ਲੱਗਦਾ ਸ਼ਾਇਦ ਇਤਿਹਾਸਿਕ ਘਟਨਾ ਹੋਵੇ, ਪਰ ਇਹ ਇਤਿਹਾਸਿਕ ਹੈ।
और साड़ी जिहड़ी केंद्र सरकार आ भुली बैठी है। मैं तुहानूं अनफॉर्चुनेट कहूँगा, वेरी अनफॉर्चुनेट, अगे तो ही सुधार लैणे इस काम च, घट्टो घट्ट इहो जिहीआं गल्लां ते तां वंडियां पाउण वाली गल, जां एक दूसरे क्रैडिट ना लै जावे, इहो जी इदां दे मौके ते तां नहीं इदां दी गल करनी चाहीदी। बहुत अफसोस है जे इहो जी सियासत हुंदी आ। शायद अज मैं इहो जे सवाल ना पुछ सकां जिहड़े अक्सर मैं पुछदा हैगा, क्योंकि ये भावुक होने वाले पल होंगे जो तुम यह इतिहास बारे चेते कराया जाता है। साड़ी आज की पीढ़ी को जो याद करवाना है, दसना है, तो उन्होंने सब कुछ दसना पवेगा, सियासत तो पासे हटना पवेगा, कि साढ़े दे लई साढ़े जिहड़े जवानों ने शहादत दिती है की है, जिहड़े उत्थे पता ही नहीं सी कौन कौन गया सीगा, जिन्होंने शहादत दिती है 13 अप्रैल 1919, उन्होंने कदे भुलिया नहीं जा सकता गा। तो पर यह सियासत है जिहड़ी वह आपदियां सियासी रोटियां सेकती हैगी है, पर असी कोशिश करते हैं बतौर मीडिया कि असी अपनी जिम्मेवारी निभा सकीए। तो सवाल मीडिया से भी होंगे, मीडिया के राष्ट्रवाद में यह खूनी साका कितने खड़ा। ब्रेक तो वापस आ रहे, सवाल एक पूछ रहे, बड़ा सवाल असं ये पूछ रहे हैं, भारत की आज़ादी की लहर को प्रचंड करने वाले खूनी साक की शताब्दी मौके सरकार की बोलियां। प्रोफेसर मनजीत सिंह, कौन कौन माफ़ी मंगे? बिल्कुल, मेरा तो ख्याल है कि जिहड़े बंदे ये समझ रहे हैं इस वेले साडे राजनीति दे विच बैठे कि जिहड़ी आज़ादी है वो चंद क राजनीतिक लीडर ने दे दित्ती सानू, तो तुसी उन्हां दे जशन मनाई चलो, मेरा ये बहुत ही वड्डी भुल होगी। 1857 दे जिहड़े गदर तो बाद जिहड़ी उदों म्यूटनी दी जिहड़ी आ उत्थे उठे, उदों बाद जिहड़ा गदराइट्स आए जिहड़े है 1915 दे विच, जिहदे विच 19 साल दी उम्र च शहीद करतार सिंह सराभा उन्हां नूं शहीद कीता गया, उदों बाद जिहड़ी फस्ट वर्ल्ड वार तो बाद इमीजिएटली बाद जिहड़ा रॉल्ट एक्ट विच सारियां सिविल लिबर्टीज़ नूं खत्म करता सी, तुसीं किहनूं भी फड़ सकदे, किते भी भेज सकदे, मार सकदे, कुछ कर सकदे, कोई कर जितना, मतलब एक किस्म की उही एक्सटेंशन करती जो ताड़ी फस्ट वर्ल्ड वार दे विच हालात सीगे, जिहदे विरुद्ध सारा प्रोटेस्ट हो रहा सीगा उत्थे। और गांधी जी ने भी कॉल दित्ती, पहला कॉल वो 30 मार्च की सीगी, पंजाब दे विच 30 मार्च नूं देती गई और इत्थे बंद भी होया, उसनूं देख के 6 मार्च जिहड़ी 6 अप्रैल की दोबारा सीगी भारत बंद की, उहदे दौरान सैफुद्दीन किचलू नूं ते जिहड़े सतपाल जिहड़े डॉक्टर सतपाल उन्हां नूं अरैसट कर लिया। हुण उहदे विरुद्ध जिहड़ा ये सारा हो रहा सीगा बड़ा प्रचंड, पहला 9 तरीक जिहड़ा पुल जांदा 25 बंदे उत्थे मारे, वो बंदे उहदे दी उहनां दी अरैसट दे विरोध जा रहे सी क्योंकि उहनां नूं रॉल्ट एक्ट दे अंदर कीता सी, उहदी विरोधता हो रही सी, पूरे देश हो रही सी, गांधी जी कर रहे सी, पीसफुल विरोधता हो रही सी, और वो पुल दे उत्थे ढिल्लों साहब 25 बंदे मारते जिहड़े अंग्रेज़ां दे घरां वल नूं पुल जांदा सी 9 तरीक नूं, और फिर 13 तरीक नूं पांच उहदियां एंट्रियां जलियां वाले बाग दियां, 4 छोटियां सी 1 वड्डी सी, जिहड़ी वड्डी च इन्हां ने ला करके जिहड़े तकरीबन 150 तों 2000 बंदियां नूं उत्थे शहीद कीता और 1200 नूं तकरीबन उत्थे इंजर कीता। और इस घटना ने ਇਹ ਕੀਤਾ ਕਿਉਂ ਬੜੀਆਂ ਹੈਗੀਆਂ, ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਆਪਣੇ ਵੀ ਲੋਕ ਅੱਧੇ ਕਹਿ ਰਹੇ ਸੀ ਮਾੜਾ, ਲੇਬਰ ਪਾਰਟੀ ਨੇ ਰੈਜ਼ੋਲਿਊਸ਼ਨ ਪਾਸ ਕਰਕੇ ਕੀਤਾ ਕਿ ਤੁਸੀਂ ਬਹੁਤ ਮਾੜਾ ਕੀਤਾ, ਤੁਸੀਂ ਰਾਜ ਇੱਥੇ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਜਿਹੜਾ ਇੰਨੀ ਦੂਰ, ਮਤਲਬ ਮੈਂ ਇੰਨੀ ਟ੍ਰੈਜਡੀ ਨੂੰ ਮੈਂ ਮੋਟੇ ਤੌਰ 'ਤੇ ਗੱਲ ਇਹ ਕਹਿਣੀ ਚਾਹੁੰਦਾ, ਸਾਡੇ ਦੇਸ਼ ਦੇ ਵਿੱਚ ਰਵਿੰਦਰ ਨਾਥ ਟੈਗੋਰ ਨੇ ਆਪਣਾ ਨਾਈਟ ਵਾਪਸ ਕੀਤਾ, ਸਾਰੇ ਦੇ ਦੁਨੀਆ ਦੇ ਵਿੱਚ ਇਹ ਜਿਹੜੀ ਟ੍ਰੈਜਡੀ ਐਡੀ ਵੱਡੀ ਟ੍ਰੈਜਡੀ ਸੀਗੀ, ਅੰਗਰੇਜ਼ਾਂ ਨੂੰ ਸ਼ਰਮਸਾਰ ਕੀਤਾ, ਤੋਏ ਉਹਨਾਂ ਦੀ ਹੋਈ, ਸਾਡੇ ਦੇਸ਼ ਦੀ ਧਰਤੀ ਦੇ ਵਿੱਚ ਸਾਰੇ ਲੋਕ ਹਿੱਲੇ। ਪਰ ਮੈਨੂੰ ਇਹ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਲੀਡਰ ਇਹ ਸਮਝਦੇ ਆ ਕਿ ਕੁਛ ਕੁ ਚੰਦ ਲੀਡਰਾਂ ਨੇ ਸਾਨੂੰ ਆਜ਼ਾਦੀ ਦੇ ਦਿੱਤੀ, ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬੇਨਾਮ ਗੁੰਮਨਾਮ, ਉਹਨਾਂ ਦੇ ਨਾਂ ਵੀ ਭਾਵੇਂ ਬਹੁਤਿਆਂ ਦੇ ਤੁਹਾਨੂੰ ਨਾਂ ਪਤਾ ਹੋਵੇ, ਜਿਹੜੇ ਖੂਨ ਵਹਾ ਗਏ ਸਿਵਾਏ ਅਸੀਂ ਮੋਮਬੱਤੀਆਂ ਜਗਾਉਣ ਤੋਂ, ਸਿਵਾਏ ਅਸੀਂ ਸਰਕਾਰੀ ਕੁਝ ਕੁ ਫੰਕਸ਼ਨ ਕਰਨ ਤੋਂ, ਸਿਵਾਏ ਅਸੀਂ ਗਲੋਸੀ ਥੋੜ੍ਹੇ ਜਿਹੇ ਬਰੋਸ਼ਰ ਕੱਢਣ ਤੋਂ, ਉਹਨਾਂ ਤੋਂ ਕੀ ਸਿੱਖਿਆ ਲੈ ਰਹੇ ਹਾਂ, ਕੀ ਪ੍ਰੇਰਣਾ ਦੇ ਰਹੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦੇਣਾ ਚਾਹੁੰਦੇ ਹਾਂ, ਕੀ ਸਾਰੇ ਕਾਲਜਾਂ 'ਚ ਇਹੋ ਜਿਹੇ ਫੰਕਸ਼ਨ ਨਹੀਂ ਸੀ ਹੋਣੇ ਚਾਹੀਦੇ, ਕਿ ਪਿੰਡੋ ਪਿੰਡੀ ਪੰਚਾਇਤਾਂ ਦੇ ਸਾਡੇ ਘੱਟੋ ਘੱਟ ਪੰਜਾਬ ਦੇ ਵਿੱਚ ਇਹੋ ਜਿਹੇ ਫੰਕਸ਼ਨ ਉਹਨਾਂ ਨੂੰ ਯਾਦ ਕਰਾਉਣ ਲਈ ਨਹੀਂ ਹੋਣੇ ਚਾਹੀਦੇ, ਸਾਡੇ ਕੋਲ ਇੰਨਾ ਕੁਝ ਹੈਗਾ ਆ, ਕੀ ਇਹੋ ਜਿਹੀਆਂ ਗੱਲਾਂ ਦੀ 100 ਸਾਲਾਂ ਦੇ ਉੱਤੇ ਸਕੂਲਾਂ ਦੇ ਵਿੱਚ ਚੈਪਟਰ ਨਹੀਂ ਅਲੱਗ ਨਵੇਂ ਲੱਗਣੇ ਚਾਹੀਦੇ, ਯਾਦ ਦੇ ਵਿੱਚ ਲੱਗਣੇ ਚਾਹੀਦੇ ਆ, ਅਸੀਂ ਪੁਰਾਣੇ ਚੈਪਟਰ ਇਤਿਹਾਸ ਦੇ ਵਿੱਚ ਕਢਾ ਕੇ ਨਵਾਂ ਕੁਝ ਕੀ ਕੁਝ ਭਰਤੀ ਕਰੀ ਜਾਂਦੇ ਹਾਂ, ਦੀਨਾਨਾਥ ਬੱਤਰਾ ਦਾ ਆਪਾਂ ਸਾਰਾ ਜਾਣਦੇ ਹਾਂ, ਇਤਿਹਾਸ ਨੂੰ ਮਿਥਿਹਾਸ ਬਣਾਈ ਜਾਂਦੇ ਹਾਂ, ਸਾਇੰਸ ਨੂੰ ਕੁਝ ਹੋਰ ਹੀ ਬਣਾਈ ਜਾਂਦੇ ਹਾਂ ਲਫਾਫੇਬਾਜ਼ੀ, ਇਸ ਕਰਕੇ ਮੇਰਾ ਤਾਂ ਇੰਨਾ ਹੀ ਕਹਿਣਾ ਹੈਗਾ ਆ ਕਿ
ਜਿਨ੍ਹਾਂ ਨੇ ਭੁੱਲਣਾ ਸੀ ਉਹ ਤੇ ਭੁੱਲੇ ਹੀ, ਉਹਨਾਂ ਤੋਂ ਤੇ ਮਾਫੀਆਂ ਅਸੀਂ ਮੰਗ ਰਹੇ ਹਾਂ। ਜੋ ਅਸੀਂ ਭੁੱਲੇ ਹਾਂ ਔਰ ਜਿੱਧਰ ਨੂੰ ਅਸੀਂ ਦੇਸ਼ ਨੂੰ ਲਿਜਾ ਰਹੇ ਹਾਂ, ਅਸੀਂ ਆਉਣ ਵਾਲੀ ਜੇ ਇਤਿਹਾਸ ਮਾਫੀ ਨੀ ਮੰਗਣਾ ਚਾਹੀਦੀ। ਦੇਖਿਓ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨੀ ਲੱਗੂਗਾ ਕਿ ਉਹ ਕਿੱਧਰ ਨੂੰ ਜਾਣਾ ਉਹਨਾਂ ਨੇ ਇਤਿਹਾਸ ਤੇ ਤੁਸੀਂ ਇਹੋ ਜਿਹਾ ਹਮਲਾ ਕਰੋਗੇ। ਮੈਂ ਇਸੇ ਸਵਾਲ ਨੂੰ ਅੱਗੇ ਲੈ ਕੇ ਜਾਵਾਂ। ਡਾਕਟਰ ਲੋ, ਤੁਸੀਂ ਬਹੁਤ ਕਿਤਾਬਾਂ ਵੀ ਲਿਖੀਆਂ ਹੈਗੀਆਂ, ਬੜੇ ਵਿਦਵਾਨ ਹੈਗੇ ਇਤਿਹਾਸਕਾਰ ਹੋ ਤੁਸੀਂ, ਇਤਿਹਾਸ ਨੂੰ ਯਾਦ ਕਰਨ ਦੇ ਲਈ ਸਿਆਸਤ ਦੀ ਭੂਮਿਕਾ ਕੀ ਹੁੰਦੀ ਹੈ ਅਤੇ ਉਹ ਸਿਆਸਤ ਦੀ ਭੂਮਿਕਾ ਜਿਹੜੀ ਹੁੰਦੀ ਹੈ ਕਿ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਮਾਮਲੇ ਵਿੱਚ ਕੀ ਉਹ ਸਿਆਸਤ ਆਪਣੀ ਭੂਮਿਕਾ ਅਦਾ ਕਰ ਰਹੀ ਹੈ ਕਿ ਨਹੀਂ ਕਰ ਰਹੀ? ਦੇਖੋ, ਜਿੰਨੀ ਕੁ ਮੈਨੂੰ ਨੌਲੇਜ ਆ, ਜਿੰਨਾ ਕੁ ਮੈਂ ਪੜ੍ਹਿਆ ਇਸ ਈਵੈਂਟ ਬਾਰੇ, ਅਨਫੋਰਚੁਨੇਟਲੀ ਹਲੇ ਤੱਕ ਕੋਈ ਹਿਸਟੋਰਿਕ ਡਾਕੂਮੈਂਟ ਨਹੀਂ ਹੈ ਜਿਹੜਾ ਫਾਈਨਲ ਇਸ ਦੇ ਉੱਤੇ ਵਰਡਿਕਟ ਦੇ ਦੇਵੇ। ਹੰਟਰ ਕਮਿਸ਼ਨ ਅਪੁਆਇੰਟ ਕੀਤਾ ਅੰਗਰੇਜ਼ਾਂ ਨੇ, ਉਹਨਾਂ ਨੇ ਬੜੀ ਥਾਰੋ ਇਸ ਦੀ ਇਨਵੈਸਟੀਗੇਸ਼ਨ ਕੀਤੀ, ਇੰਡਾਈਟ ਕੀਤਾ ਉਹਨਾਂ ਨੇ ਓ ਡਵਾਇਰ ਨੂੰ ਵੀ ਅਤੇ ਬ੍ਰਿਗੇਡੀਅਰ ਡਾਇਰ ਨੂੰ ਵੀ। ਉਸ ਤੋਂ ਨਾਲ ਦੀ ਨਾਲ ਕਾਂਗਰਸ ਨੇ ਵੀ ਕਮਿਸ਼ਨ ਅਪੁਆਇੰਟ ਕੀਤਾ ਸੀ, ਉਹਨਾਂ ਨੇ ਵੀ ਆਪਣੀਆਂ ਫਾਈਂਡਿੰਗਸ ਦਿੱਤੀਆਂ, ਉਹ ਵੀ ਅਵੇਲੇਬਲ ਹੈਗੀਆਂ। ਲੇਕਿਨ ਅੱਜ ਦੀ ਜਿਹੜੀ ਮੌਜੂਦਾ ਜਾਂ ਪਿਛਲੀਆਂ ਜਿਹੜੀਆਂ ਸਰਕਾਰਾਂ ਆਈਆਂ, ਪੰਜਾਬ ਦੇ ਵਿੱਚ ਆਈਆਂ, ਹਿੰਦੁਸਤਾਨ ਦੇ ਵਿੱਚ ਆਈਆਂ, ਉਹਨਾਂ ਨੇ ਕਿਸੇ ਨੇ ਇਸ ਦੀ ਬੜੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰਵਾਈ ਔਰ ਪ੍ਰੋਪਰ ਕੋਈ ਇਸ ਕਿਸਮ ਦਾ ਡਾਕੂਮੈਂਟ ਨਹੀਂ ਤਿਆਰ ਕੀਤਾ ਜਿਸ ਨੂੰ ਪ੍ਰਮਾਣਿਕਤਾ ਹੋਵੇ ਫਰੋਮ ਆਲ ਸਾਈਡਸ। ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਹੈ, ਇਸ ਈਵੈਂਟ ਤੋਂ ਪਹਿਲਾਂ ਬਹੁਤ ਸਾਰਾ ਖੂਨ ਖਰਾਬਾ ਹੋਇਆ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਬਹੁਤ ਲੁਕੋ ਕੇ ਰੱਖਦੇ ਹਾਂ, ਔਰ ਇਸ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਪੰਜਾਬ ਦੇ ਵਿੱਚ। ਮਤਲਬ ਸਟ੍ਰੈਫਿੰਗ ਹੋਈ ਆ ਉੱਪਰੋਂ, ਖਾਲਸਾ ਸਕੂਲ ਸੀਗਾ ਤਰਨ ਤਾਰਨ ਦੇ ਵਿੱਚ, ਉੱਥੇ ਬੱਚੇ ਪੜ੍ਹ ਰਹੇ ਸੀ ਦੁਪਹਿਰ ਨੂੰ, ਉੱਤੋਂ ਸਟ੍ਰੈਫਿੰਗ ਕਰਕੇ ਉਹਨਾਂ ਨੇ ਬੱਚੇ, ਸਟ੍ਰੈਫਿੰਗ ਦਾ ਮਤਲਬ ਤੁਸੀਂ ਸਮਝਦੇ ਮੇਰੇ ਖਿਆਲ ਸੇ, ਉੱਤੋਂ ਜਹਾਜ਼ 'ਚੋਂ ਗੋਲੀਆਂ ਚਲਾ ਦੇਣੀ ਇਨਡਿਸਕ੍ਰੀਮੀਨੇਟਲੀ। ਹੰਡਰਡਸ ਐਂਡ ਥਾਊਜ਼ੈਂਡਸ ਆਫ ਪੀਪਲ ਵਰ ਕਿਲਡ, ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ। ਮਾਫ਼ ਕਰਨਾ, ਅੱਜ ਇੱਥੇ ਅੱਜ ਦੇ ਹਿੰਦੁਸਤਾਨ ਟਾਈਮ ਦੇ ਵਿੱਚ ਵੀ ਰਿਪੋਰਟ ਆ ਵੀ 501 ਬੰਦਾ ਮਰਿਆ, 501 ਨਹੀਂ ਮਰਿਆ, ਇਸ ਜਲਿਆਂਵਾਲੇ ਬਾਗ ਦੇ ਦਾਇਰੇ ਦੇ ਵਿੱਚ 501 ਤਾਂ ਸਿੱਖ ਹੀ ਮਰੇ ਆ, 300 ਦੂਸਰੇ ਨੌਨ ਸਿੱਖ ਮਰੇ ਆ, ਇਹ ਡਾਕੂਮੈਂਟ ਮੇਰੇ ਕੋਲ ਸਾਰੇ ਅਵੇਲੇਬਲ ਹੈਗੇ। ਤੋ ਬੜੀ ਐਗਜ਼ੌਸਟਿਵ ਇਨਵੈਸਟੀਗੇਟਿੰਗ ਰਿਪੋਰਟ ਆ। ਹੁਣ ਉਸ ਦੇ ਵਿੱਚ ਕੀ ਹੋਇਆ, ਊਧਮ ਸਿੰਘ ਨੇ, ਮਤਲਬ ਹੀ ਵਾਜ਼ ਏ ਪੈਸ਼ਨੇਟ ਪਰਸਨ, ਉਸਨੇ ਕਿਹਾ ਵੀ ਬੜਾ ਸਾਡੇ ਮੁਲਕ ਦੇ ਵਿੱਚ ਜ਼ੁਲਮੋ ਸਿਤਮ ਕੀਤਾ ਅੰਗਰੇਜ਼ਾਂ ਨੇ, ਪਹਿਲਾਂ ਵਿਚਾਰਾ ਅਮੈਰੀਕਾ ਗਿਆ, ਉੱਥੇ ਗਦਰਾਈਟਸ ਦੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਗਦਰਾਈਟਸ ਦੇ ਕੰਟੈਕਟ 'ਚ ਆ ਗਿਆ, ਫਿਰ ਦੈਨ ਹੀ ਮੂਵ ਟੂ ਇੰਗਲੈਂਡ। ਇੰਗਲੈਂਡ ਦੇ ਵਿੱਚ ਕਿੰਨੇ ਸਾਲ ਰਿਹਾ, 1927 ਦੇ ਵਿੱਚ ਜਿਹੜਾ ਬ੍ਰਿਗੇਡੀਅਰ ਡਾਇਰ ਸੀ ਉਹ ਮਰ ਗਿਆ ਆਪਣੀ ਜੋ ਨੈਚੁਰਲ ਡੈਥ, ਮਤਲਬ ਐਕਚੁਅਲੀ ਤਾਂ ਗੋਲੀ ਬ੍ਰਿਗੇਡੀਅਰ ਡਾਇਰ ਨੇ ਚਲਾਈ ਸੀ, ਉਹ ਡਾਇਰ ਸੀ ਲੈਫਟੀਨੈਂਟ ਗਵਰਨਰ ਪੰਜਾਬ ਦਾ। ਤੋ ਲੈਫਟੀਨੈਂਟ ਗਵਰਨਰ ਜਿਹੜਾ ਸੀ ਉਸਨੇ ਆਰਡਰ ਦੇਣਾ ਸੀ, ਉਹ ਜ਼ਿੰਮੇਵਾਰ ਸੀ। ਤੋ ਇਹ ਸਾਰੀ ਚੀਜ਼ ਦੀ ਜਿਹੜੀ ਬਹੁਤ ਥਾਰੋ ਜਿਸ ਤਰ੍ਹਾਂ ਰਿਸਰਚ ਹੋਣੀ ਚਾਹੀਦੀ ਆ ਤਾਂ ਕਿ ਇੱਕ ਡਾਕੂਮੈਂਟ ਐਸਾ ਪ੍ਰੋਡਿਊਸ ਹੋ ਜਾਏ। ਡਾਕਟਰ ਲੋ, ਜਿਹੜਾ ਸਵਾਲ ਤੁਸੀਂ ਕਰਦੇ ਪਏ ਨਾ ਡਾਕੂਮੈਂਟਸ ਵਾਲਾ, ਮੈਂ ਸਵਾਲ ਇਸ ਕਰਕੇ ਤੁਹਾਨੂੰ ਨਾਲ ਜੋੜ ਰਿਹਾ ਹੋਰ ਕਿ ਜਿਹੜਾ 100 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ, ਕਿ ਇਸ ਤੋਂ ਵੱਧ ਵੀ ਮੰਗ ਕੀਤੀ ਜਾ ਰਹੀ ਹੈ, ਕਿ ਇਹ ਡਾਕੂਮੈਂਟਸ ਤਿਆਰ ਕਰਨ ਦੇ ਲਈ ਕਿੰਨਾ ਪੈਸਾ ਚਾਹੀਦਾ ਹੈਗਾ, ਕਿੰਨਾ ਬਜਟ ਚਾਹੀਦਾ ਜਾਂ ਵੇਲ ਪਾਵਰ ਚਾਹੀਦੀ ਹੈ? ਪੈਸੇ ਪੂਸੇ ਦੀ ਕੋਈ ਗੱਲ ਨਹੀਂ, ਪੈਸੇ ਨਾਲ ਇਤਿਹਾਸ ਨਹੀਂ ਲਿਖਾਏ ਜਾਂਦੇ, ਪੈਸ਼ਨ ਨਾਲ ਇਤਿਹਾਸ ਲਿਖੇ ਜਾਂਦੇ ਆ। ਹੁਣ ਤੁਸੀਂ ਰੋਮੀਲਾ ਥਾਪਰਾ, ਜਿਹੜੀ ਦੁਨੀਆ ਦੀ ਐਸਟੈਬਲਿਸ਼ਡ ਹਿਸਟੋਰੀਅਨ ਹੈ ਐਂਸ਼ੀਅਨਟ ਇੰਡੀਆ ਦੇ ਉੱਤੇ, ਉਸ ਨਾਲ ਕੀ ਹੋਇਆ ਬੀਜੇਪੀ ਦੇ ਰੂਲ ਦੇ ਵਿੱਚ, ਕਿੰਨੀ ਉਸ ਨੂੰ ਹਿਊਮਿਲੇਟ ਕੀਤਾ ਗਿਆ, ਕਿੰਨੀ ਉਸ ਨੂੰ ਹਰਟ ਕੀਤਾ ਗਿਆ, ਜਿਹੜੀ ਕਿ ਆਕਸਫੋਰਡ ਯੂਨੀਵਰਸਿਟੀ 'ਚ ਟੀਚ ਕਰਦੀ ਰਹੀ ਹੈ। ਤੋ ਇਸੇ ਤਰ੍ਹਾਂ RS ਸ਼ਰਮੇ ਨੂੰ ਕਿਸ ਤਰ੍ਹਾਂ ਕੀਤਾ ਗਿਆ। ਤੋ ਉਹਨਾਂ ਲੋਕਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀ। ਇੱਕ ਪੈਸ਼ਨ ਹੁੰਦਾ, ਇੱਕ ਤੁਹਾਨੂੰ ਲਵ ਫਾਰ ਲਰਨਿੰਗ ਹੁੰਦੀ ਆ, ਟਰੁੱਥ ਨੂੰ ਫਾਈਂਡ ਕਰਕੇ ਉਸ ਨੂੰ ਲੋਕਾਂ ਦੇ ਅੱਗੇ ਰੱਖਣਾ। ਇਹਨਾਂ ਸਿਆਸੀ ਆਗੂਆਂ ਵਿੱਚ ਕਿਸੇ ਵਿੱਚ ਪੈਸ਼ਨ ਨਹੀਂ ਹੈਗਾ ਵੀ ਅਸੀਂ ਇਹਨਾਂ ਵਿੱਚ ਮੇਰੀ ਗੱਲ ਸੁਣੋ, ਜੇ ਮਾਫ ਕਰਨਾ ਸਿੱਧੂ ਹਰੀ ਨੇ, ਉਸ ਸਿੱਧੂ ਹਰੀ ਦੋ ਚਿੱਠੀਆਂ ਲਿਖਦੇ ਹੈਗੇ। ਨਹੀਂ, ਮੈਂ ਸਲਾਰੀਆ ਸਾਹਿਬ ਬੈਠੇ, ਮੇਰੇ ਦੋਸਤ ਆ, ਬਜ਼ੁਰਗ ਆ। ਅੱਜ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਹਿੰਦੁਸਤਾਨ ਦੇ ਵਿੱਚ, ਇਹਨਾਂ ਨੇ ਨਾਂ ਲਿਆ ਦੀਨਾਨਾਥ ਬੱਤਰਾ ਕੇ ਕਾਉਣਾ ਫਲਾਣਾ ਕਾ, ਉਹ ਦੇਖ ਕੇ ਨੋਟ ਰਾਈਟ ਕੀ ਕੀਤਾ 5 ਸਾਲ 'ਚ ਤੁਸੀਂ ਜ਼ੋਰ ਲਾ ਲਿਆ। ਮਾਫ਼ ਕਰਨਾ, ਮੈਂ ਤੁਹਾਡੀ ਗੱਲ, ਮੈਨੂੰ ਗੱਲ ਕਰ ਲੈਣ ਦਿਓ। ਨਹੀਂ ਨਹੀਂ, ਤੁਸੀਂ ਚੁੱਪ ਰਹੋ। ਮੈਂ ਉਹਨਾਂ ਨੇ ਜ਼ੋਰ ਲਾ ਲਿਆ, ਮੇਰਾ ਨਹੀਂ ਖਿਆਲ 10 ਪੇਜ ਵੀ ਲਿਖੇ ਹੋਣ ਜਿਹੜੇ ਕਿ ਐਕਸੈਪਟੇਬਲ ਹੋਣ। ਜਿਹੜੇ ਇਤਿਹਾਸ ਆ ਉਹ ਤਿੰਨ ਸੈਗਮੈਂਟਸ ਨੂੰ ਉਹਦੀ ਉਸਦੀ ਅਪੀਲ ਚਾਹੀਦੀ ਆ, ਇੱਕ ਤਾਂ ਪ੍ਰੋ, ਇੱਕ ਨਿਊਟਰਲ, ਇੱਕ ਐਂਟੀ। ਇਹ ਨਹੀਂ ਹੁੰਦਾ ਵੀ ਤੁਸੀਂ ਸਾਰਾ ਆਪਣੇ ਪ੍ਰੋ ਲਿਖੀ ਜਾਓ, ਤਾਂ ਇੱਕ ਪ੍ਰੋਪਾਗੈਂਡਾ ਹੁੰਦਾ ਹੈ। ਤੋ ਇਸ ਕਿਸਮ ਦੀ ਹਿਸਟੋਰੋਗ੍ਰਾਫੀ ਨੂੰ ਸਮਝ ਕੇ, ਵਿਚਾਰ ਕੇ, ਉਸ ਨੂੰ ਸਟੱਡੀ ਕਰਕੇ ਤੁਸੀਂ ਇੱਕ ਐਸੀ ਕਿਤਾਬ ਲਿਖੋ ਇਸ ਦੇ ਉੱਤੇ। ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਗਾਂਧੀ ਨੂੰ ਲੀਡਰ ਬਣਾਉਣ ਵਾਲਾ ਇਹ ਇਵੈਂਟ ਆ,
ਉਸ ਤੋਂ ਪਹਿਲਾਂ ਨੋਬਡੀ ਨਿਊ ਗਾਂਧੀ ਨੋਬਡੀ ਨਿਊ ਗਾਂਧੀ ਹੀ ਮੇਡ ਦੀ ਬੈਸਟ ਹੀ ਮੇਡ ਦੀ ਬੈਸਟ ਪੋਲੀਟੀਕਲ ਯੂਜ਼ ਆਫ ਦਿਸ ਇਵੈਂਟ ਤੁਹਾਨੂੰ ਇਹ ਲੱਗਦਾ ਕਿ 100 ਸਾਲ ਦੇ ਵਿੱਚ ਜਲਿਆਂਵਾਲੇ ਬਾਗ ਤੇ ਇੱਕ ਸਿਆਸੀ ਪ੍ਰੋਪੇਗੰਡਾ ਅਪਣਾਇਆ ਗਿਆ ਇਸ ਕਰਕੇ ਐਬਸੋਲੂਟ ਫ੍ਰੋਮ ਮਹਾਤਮਾ ਗਾਂਧੀ ਡਾਊਨ ਅਪ ਟੂ ਮੈਂ ਦੇਖਦੀ ਨਾ ਕਿ ਇਹ ਬਿਲਕੁਲ ਹੀ ਰਿਚੁਅਲਿਸਟਿਕ ਆ ਅੰਗਰੇਜ਼ ਜਿਹੜਾ ਜਨਰਲ ਡਾਇਰ ਨੇ ਜਿਹੜਾ ਕੀਤਾ ਉਹਨੂੰ ਜਦੋਂ ਪੁੱਛਿਆ ਗਿਆ ਉਹਦਾ ਕ੍ਰੋਸ ਐਗਜ਼ਾਮਿਨ ਹੋਇਆ ਕਿ ਤੂੰ ਕਿਉਂ ਕੀਤਾ ਕਿੱਦਾਂ ਕਿ ਇੱਥੇ ਦੀ ਅੰਪਾਇਰ ਨੂੰ ਥ੍ਰੈਟ ਸੀ ਮਤਲਬ ਇਹ ਤੁਸੀਂ 1857 ਤੋਂ ਬਾਅਦ ਇੱਥੇ ਦੀਆਂ ਸਰਕਾਰ ਨੂੰ ਉਲਟਾਉਣਾ ਚਾਹੁੰਦੇ ਸੀਗੇ ਔਰ ਇਸ ਕਰਕੇ ਆਈ ਵਾਂਟਡ ਟੂ ਟੀਚ ਦੈਮ ਅ ਲੈਸਨ ਮੈਂ ਇੰਨਾ ਇਹਨਾਂ ਨੂੰ ਮਾਰਨਾ ਚਾਹੁੰਦਾ ਸੀ ਇੰਨਾ ਮਾਰਨਾ ਚਾਹੁੰਦਾ ਸੀ ਕਿ ਉਹ ਡਰ ਜਾਣ ਔਰ ਭੈ ਭੀਤ ਹੋ ਜਾਣ ਔਰ ਮੁੜ ਕੇ ਉਹ ਸਿਰ ਚੁੱਕਣ ਵੱਲ ਕੋਸ਼ਿਸ਼ ਨਾ ਕਰਨ ਹੁਣ ਐਡੀ ਵੱਡੀ ਜਿਹੜੀ ਟ੍ਰੈਜਡੀ ਹੋਈ ਹੋਵੇ ਔਰ ਇਸ ਸਕੇਲ ਤੇ ਉਹ ਥ੍ਰੈਟਨ ਮਹਿਸੂਸ ਕੀਤੇ ਹੋਣ ਔਰ ਆਪਾਂ ਉਸ ਨੂੰ ਆਜ਼ਾਦੀ ਦੀ ਲੜਾਈ ਦੇ ਤੌਰ ਤੇ ਹਿੱਸੇ ਦੇ ਤੌਰ ਤੇ ਕਿੰਨੀ ਕੁ ਉਹਦਾ ਇੱਥੇ ਕੱਲਾ ਰਿਚੁਅਲਿਸਟਿਕ ਤੁਸੀਂ ਫੰਕਸ਼ਨ ਕਰ ਲਏ ਸਰਕਾਰ ਜਿਹੜੇ ਸਰਕਾਰੀ ਫੰਕਸ਼ਨ ਕਰ ਲਏ ਜਾਂ ਤੁਸੀਂ ਆਪਣੀ ਰਾਜਨੀਤਿਕ ਥੋੜ੍ਹੀਆਂ ਜਿਹੀਆਂ ਭਾਸ਼ਣ ਕਰ ਲਏ ਉਹਦੇ ਨਾਲ ਨਹੀਂ ਗੱਲ ਬਣਦੀ ਹੈਗੀ ਤੁਹਾਨੂੰ ਕੁਝ ਗਰਾਊਂਡ ਦੇ ਉੱਤੇ ਆਪਣੀ ਜਨਰੇਸ਼ਨ ਨੂੰ ਆਪਣੇ ਲੋਕਾਂ ਨੂੰ ਆਪਣੇ ਆਉਣ ਵਾਲੇ ਨੌਜਵਾਨਾਂ ਨੂੰ ਉਹਦੇ ਤੋਂ ਅਵਗਤ ਕਰਾਉਣਾ ਪਊਗਾ ਜਾਣੂ ਕਰਾਉਣਾ ਪਊਗਾ ਤਾਂ ਕਿ ਉਹ ਆਪਣੇ ਇਤਿਹਾਸ ਤੇ ਮਾਣ ਕਰ ਸਕਣ ਮਾਫ਼ ਕਰਨਾ ਜਿਹੜੀ ਮਾਫ਼ ਕਰਨਾ ਜਿਹੜੀ ਸੋ ਕਾਲਡ ਤੁਸੀਂ ਇੰਡੀਪੈਂਡੈਂਸ ਦੀ ਹਿੰਦੁਸਤਾਨ ਦੀ ਵਾਰ ਦੀ ਗੱਲ ਕਰਦੇ ਹੋ ਉਹ ਕੋਈ ਐਸੀ ਇਵੈਂਟ ਨਹੀਂ ਉਹ ਮਿਥ ਹੈ ਟ੍ਰਾਂਸਫਰ ਆਫ ਪਾਵਰ ਹੈ ਯੈਸ ਅੰਗਰੇਜ਼ਾਂ ਨੇ ਆਪਣੇ ਆਪ ਮਤਲਬ ਮੁਲਕ ਨੂੰ ਕਲੋਨੀਅਲ ਐਮਪਾਇਰ ਨੂੰ ਛੱਡ ਕੇ ਗਏ ਆ ਇਕੱਲਾ ਹਿੰਦੁਸਤਾਨੀ 40 ਹੋਰ ਮੁਲਕਾਂ ਹਿੰਦੁਸਤਾਨ ਤੋਂ ਬਾਹਰ ਜਿਨ੍ਹਾਂ ਨੂੰ ਉਹਨਾਂ ਨੇ ਛੱਡਿਆ ਇਸੇ ਤਰੀਕੇ ਦੇ ਨਾਲ ਇਹ ਇੱਕ ਮਿਥ ਬਣਾਈ ਗਈ ਆ ਵੀ ਬੜੀ ਸਟਰਗਲ ਹੋਈ ਬੜੀ ਉਹਨਾਂ ਨੇ ਲੋਕਾਂ ਨੇ ਇਹ ਕੀਤਾ ਉਹ ਕੀਤਾ ਨਥਿੰਗ ਆਫ ਦਾ ਸੌਟਸ ਮੈਂ ਨੌ ਗਣਾਉਂਦਾ 10-15 ਕੰਟਰੀਆਂ ਦਿੱਤਾ ਜਿੱਥੋਂ ਜਿੱਥੋਂ ਗਏ ਆ ਨੇਪਾਲ ਦੇ ਵਿੱਚ ਕਿੱਥੇ ਗਾਂਧੀ ਸੀਗਾ ਕਿਹੜੀ ਕਾਂਗਰਸ ਸੀ ਨੇਪਾਲ ਦੇ ਬਰਮਾ ਦੇ ਵਿੱਚੋਂ ਗਏ ਆ ਥਾਈਲੈਂਡ ਦੇ ਵਿੱਚੋਂ ਗਏ ਕਿੰਨੇ ਮੁਲਕ ਆ ਸਿੰਗਾਪੁਰ ਚੋਂ ਗਏ ਕਿੰਨੇ ਮੁਲਕ ਆ ਜਿਹਨੂੰ ਉਹਨੂੰ ਛੱਡ ਛੱਡ ਕੇ ਉਹ ਗਏ ਆ ਇੱਕੋ ਵਾਰ ਆਫ ਇੰਡੀਪੈਂਡੈਂਸ ਹੋਈ ਹੈ ਬ੍ਰਿਟਿਸ਼ ਕਲੋਨੀਅਲ ਸਿਸਟਮ ਦੇ ਖਿਲਾਫ ਉਹ ਅਮੈਰੀਕਨ ਵਾਰ ਆਫ ਇੰਡੀਪੈਂਡੈਂਸ ਆ ਚਲੋ ਮੈਂ ਇੱਕ ਛੋਟਾ ਬਾਕੀ ਸਾਰੇ ਮੁਲਕ ਆਸਟ੍ਰੇਲੀਆ ਲੈ ਲਓ ਕੈਨੇਡਾ ਲੈ ਲਓ ਸਾਰੇ ਮੁਲਕ ਆ ਜਿਹੜੇ ਆਪ ਛੱਡ ਕੇ ਗਏ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਬਹੁਤ ਸਾਰੇ ਸਵਾਲ ਹੈਗੇ ਮਨ ਦੇ ਵਿੱਚ ਪਰ ਅੱਜ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਵਿਦਵਾਨ ਬੈਠੇ ਹੈਗੇ ਇਹਨਾਂ ਨੂੰ ਰੋਕਿਆ ਨਾ ਜਾਵੇ ਕਿਉਂਕਿ ਅੱਜ ਜਿਹੜੇ ਬਲਬਲੇ ਹੈਗੇ ਇਹਨਾਂ ਦੇ ਸੁਣਨੇ ਜ਼ਰੂਰੀ ਹੈ ਕਿ ਸ਼ਾਇਦ ਸਿਆਸਤ ਨੂੰ ਥੋੜ੍ਹੀ ਜਾਗ ਆਵੇ ਕਿ ਅਸੀਂ ਕਰਨਾ ਕੀ ਹੈਗਾ ਸ਼ਾਇਦ ਸਿਆਸਤ ਨੂੰ ਅੱਜ ਥੋੜ੍ਹਾ ਅਫਸੋਸ ਤਾਂ ਹੋਵੇਗਾ ਪਰ ਅਫਸੋਸ ਤੋਂ ਬਾਅਦ ਸ਼ਾਇਦ ਸਿਆਸਤ ਇੱਥੋਂ ਕੁਛ ਲੈ ਕੇ ਜਾਵੇਗੀ ਅੱਜ ਅਸੀਂ ਕੁਛ ਕੰਮ ਕਰਨਾ ਹੈਗਾ ਸਾਡਾ ਮਕਸਦ ਇੱਕੋ ਹੀ ਹੈਗਾ ਕਿ ਇਹ ਕੁਝ ਸੋਚਣ ਕੰਮ ਕਰਨ ਜਿਹੜਾ ਆਉਣ ਵਾਲਾ ਸਾਡਾ ਨੌਜਵਾਨ ਹੈਗਾ ਸਾਡੀ ਆਉਣ ਵਾਲੀ ਪੀੜ੍ਹੀ ਹੈਗੀ ਸਾਡਾ ਭਵਿੱਖ ਹੈਗਾ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਮੁਲਕ ਵਿੱਚ ਹੋਇਆ ਕੀ ਸੀ ਅਤੇ ਸਾਡੇ ਮੁਲਕ ਦੇ ਆਗੂ ਨੇ ਕੀਤਾ ਕੀ ਬ੍ਰੇਕ ਤੋਂ ਵਾਪਸ ਆ ਰਹੇ 1967 ਦੇ 100 ਸਾਲ ਕੌਣ ਕੌਣ ਮੰਗੇ ਮਾਫ਼ੀ ਸਾਡਾ ਸਵਾਲ ਇੱਕੋ ਹੀ ਹੈ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲੇ ਖੂਨੀ ਸੱਖ ਦੀ ਸ਼ਤਾਬਦੀ ਮੌਕੇ ਸਰਕਾਰਾਂ ਕੀ ਬੋਲੀਆਂ ਚੰਦ ਸਿੰਘ ਸਪਰਾਟ ਜਿਹੜੀ ਟਰੱਸਟ ਹੈਗੀ ਆ ਕੌਮੀ ਟਰੱਸਟ ਉਸ ਵਿੱਚ ਪ੍ਰਧਾਨ ਮੰਤਰੀ ਸਾਹਿਬ ਖੁਦ ਉਸ ਦੀ ਅਗਵਾਈ ਕਰਦੇ ਹੈਗੇ ਆ ਮੈਂਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹੈਗੇ ਆ ਭਾਜਪਾ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਵੀ ਹੈਗੇ ਆ ਇਹ ਸਭ ਦੇ ਵਿਚਾਲੇ ਕੀ ਤੁਹਾਨੂੰ ਇਹ ਲੱਗਦਾ ਕਿ ਇਕੱਲਾ ਹੁਣ ਵਾਲੀ ਟਰੱਸਟ 'ਤੇ ਇਹ ਸਾਰਾ ਕੁਛ ਲਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਈਏ ਜਾਂ ਹੁਣ ਤੀਕਰ 100 ਸਾਲਾਂ ਦੇ ਵਿੱਚ ਜਾਂ ਆਜ਼ਾਦੀ ਤੋਂ 70 ਸਾਲ ਬਾਅਦ ਤੱਕ ਜਿਹੜੀਆਂ ਸਰਕਾਰਾਂ ਰਹੀਆਂ ਹੈਗੀਆਂ ਸਾਰਾ ਜ਼ਿੰਮੇਵਾਰੀ ਬਣਦੀ ਸੀ ਸਾਰਿਆਂ ਦੀਆਂ ਗੱਲੀਆਂ ਹੋਈਆਂ ਦੇਖੋ ਮੈਂ ਇਹਦੇ ਵਿੱਚ ਕਿਸੇ 'ਤੇ ਟੀਕਾ ਟਿੱਪਣੀ ਕਰਾਂ ਜਾਂ ਕੀ ਹੋਣਾ ਚਾਹੀਦਾ ਸੀ ਕੀ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਢਿੱਲੋਂ ਸਾਹਿਬ ਨੇ ਜਾਂ ਪ੍ਰੋਫੈਸਰ ਸਾਹਿਬ ਨੇ ਇਹਨਾਂ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਜਾਂ ਕੋਈ ਰਿਸਰਚ ਜਿਹੜੀ ਆ ਹੋਣੀ ਚਾਹੀਦੀ ਸੀ ਅਤੇ ਮੇਰਾ ਖਿਆਲ ਹੈ ਇਹਨਾਂ ਨੇ ਨਾਲ ਇਹ ਵੀ ਦੁਹਰਾਤਾ ਹੈ ਕਿ ਇਹਦੇ 'ਤੇ ਕੋਈ ਬਹੁਤੇ ਖਰਚਿਆਂ ਦੀ ਲੋੜ ਨਹੀਂ ਹੁੰਦੀ ਗੀ ਇਸ ਕਰਕੇ ਬੜਾ ਵੱਡਾ ਵਿਸ਼ਾ ਔਰ ਭਾਵੇਂ ਉਹ ਕਿਸੇ ਵੀ ਸਰਕਾਰ ਤੋਂ ਕਮੀ ਪੇਸ਼ੀ ਰਹੀ ਹੋਵੇ ਅਤੇ ਜੇ ਰਹੀ ਹੈ ਤਾਂ ਹੁਣ ਸੁਧਾਰ ਲਈ ਜਾਵੇ ਤਾਂ ਮੇਰਾ ਖਿਆਲ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਕਰਕੇ ਕਿਸੇ ਟਰੱਸਟ ਦੀ ਗੱਲ ਕਰੀਏ ਕਿਸੇ ਸਰਕਾਰ ਦੀ ਗੱਲ ਕਰੀਏ ਇਹ ਮੁੱਦਾ ਇਹੋ ਜਿਹਾ ਅਸੀਂ ਕਿਸੇ ਨੂੰ ਅਕਿਊਜ਼ਡ ਨਹੀਂ ਬਣਾਉਣਾ ਚਾਹੁੰਦੇ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਜੇ ਮਤਲਬ ਕਮੀ ਪੇਸ਼ੀ ਰਹਿ ਗਈ ਹੈ ਅਤੇ ਅੱਜ 100 ਸਾਲ 'ਤੇ ਜਦੋਂ ਸਾਰੀਆਂ ਹੀ ਧਿਰਾਂ ਦੇ ਵਿੱਚ ਗੱਲ ਚੱਲੀ ਆ ਅੱਜ 100 ਸਾਲਾਂ ਮੈਂ ਸ਼ਤਾਬਦੀ ਮਨਾਉਣ ਦੀ ਗੱਲ ਚੱਲੀ ਹੈ ਤਾਂ ਜੇ ਕੁਛ ਰਹਿ ਗਿਆ ਜਿਹੜਾ ਜਿਹੜਾ ਕੁਛ ਰਹਿ ਗਿਆ ਮਤਲਬ ਜੇ ਕੁਛ ਨਹੀਂ ਰਹਿ ਗਿਆ ਜਿਹੜਾ ਜਿਹੜਾ ਕੁਛ ਰਹਿ ਗਿਆ ਜਾਂ ਇਸ ਦੇ ਬਾਰੇ ਦੇ ਵਿੱਚ ਜੋ ਕਰਿਆ ਜਾਣਾ ਚਾਹੀਦਾ ਸੀ ਸਾਰੇ ਇਤਿਹਾਸਕਾਰਾਂ ਨੂੰ ਨਾਲ ਲੈ ਕੇ ਕਮੇਟੀ ਬਣਾ ਕੇ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਕਮਰਜੀਤ ਸਿੰਘ ਰਠੌਰ ਉੱਥੇ ਅੰਮ੍ਰਿਤਸਰ ਦੇ ਵਿੱਚ ਸਿਆਸਤ ਭਾਜਪਾ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੱਲਦੀ ਪਈ ਹੈ ਕਿ ਇਹਨਾਂ ਨੇ ਆਹ ਨਹੀਂ ਕੀਤਾ ਉਹਨਾਂ ਨੇ ਆਹ ਨਹੀਂ ਕੀਤਾ ਕਮਰਜੀਤ ਸਿੰਘ ਰਠੌਰ ਮੈਨੂੰ ਲੱਗਦਾ ਕਿ ਸਿਆਸਤ ਕਰਨੀ ਚਾਹੀਦੀ ਹੈ ਪਰ ਸਿਆਸਤ ਨੂੰ ਮੈਚਿਓਰ ਵੀ ਹੋਣਾ ਪਊਗਾ ਨਾ ਸਿਆਸਤ ਮੈਚਿਓਰ ਕਿਉਂ ਨਹੀਂ ਹੋ ਪਾ ਰਹੀ ਤੁਹਾਡਾ ਤਾਂ ਬਹੁਤ ਸਾਲ ਰਾਜ ਰਿਹਾ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਅੱਜ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਕੁਝ ਨਹੀਂ ਕਰ ਸਕੇਗੇ ਕੇਪੀ ਜੀ ਗੱਲ ਇਹ ਹੈ ਕਿ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ ਮੰਗਣੀ ਚਾਹੀਦੀ ਹੈ ਔਰ ਇਹੋ ਜਿਹੇ ਜਿਹੜੇ ਅਜਿਹੇ ਮਸਲੇ ਹੁੰਦੇ ਆ ਉਹਦੇ 'ਤੇ ਮਾਫ਼ੀ ਮੰਗ ਵੀ ਲੈਣੀ ਚਾਹੀਦੀ ਹੈ ਇਹਦੇ 'ਚ ਕੋਈ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਕਿ ਇੱਕ ਦੇਸ਼ ਦੇ ਮਾਨ ਸਮਾਨ ਦਾ ਅਤੇ ਉਹ
ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਹੋਣਾ ਚਾਹੀਦਾ। ਔਰ ਪੈਸਿਆਂ ਦੀ ਜਿੱਥੇ ਤੱਕ ਵਾਰ ਵਾਰ ਜ਼ਿਕਰ ਹੋ ਰਿਹਾ, ਦੇਖੋ ਪੈਸਿਆਂ ਦੀ ਗੱਲ ਹੈ ਕਿ ਸਮਾਰਕ ਦੇ ਵਾਸਤੇ ਸੀ, ਅਸੀਂ ਤਾਂ ਪਹਿਲਾਂ ਹੀ ਪਲੈਨ ਕੀਤਾ ਸੀਗਾ ਸਰਕਾਰ ਕੇਂਦਰ ਸਰਕਾਰ ਦੇਵੇ, ਟਰੱਸਟ ਨਾ ਹੋਵੇ, ਵੀ ਜਿਹੜੇ ਇਹਦੇ ਪ੍ਰੋਗਰਾਮਸ ਨੇ ਉਹ ਵੱਡੇ ਪੱਧਰ 'ਤੇ ਮਨਾਏ ਜਾਣਗੇ। ਲੇਕਿਨ ਉਹ ਇਲੈਕਸ਼ਨ ਕਮਿਸ਼ਨ ਦੀ ਪਾਬੰਦੀਆਂ ਹੋ ਗਈਆਂ, ਉਹਨਾਂ ਨੇ 144 ਵੀ ਇੰਪੋਜ਼ ਕਰਾਤੀ ਉੱਤੇ ਲੋਕ ਸਭਾ ਚੋਣਾਂ ਉੱਕੜ ਹੈਗੀਆਂ। ਕਮਿਸ਼ਨ ਨੇ ਕਲੀਅਰਲੀ ਇਹ ਗੱਲ ਕਹੀ ਆ ਵੀ ਜਲ੍ਹਿਆਂਵਾਲੇ ਬਾਗ ਦੇ ਉੱਤੇ ਸਾਡੀ ਕੋਈ ਪਾਬੰਦੀ, ਬਿਲਕੁਲ ਬਿਲਕੁਲ ਇਹ ਉਹਨਾਂ ਦੀ ਸਟੇਟਮੈਂਟ ਆ। ਕੱਲ੍ਹ ਦਾ ਤੁਸੀਂ ਕੱਲ੍ਹ ਦਾ ਨਿਊਜ਼ ਪੇਪਰ ਚੱਕ ਲਓ, ਉਹਦੇ ਅੰਦਰ ਬਿਲਕੁਲ ਕਲੀਅਰਲੀ ਉਹਨਾਂ ਨੇ ਲਿਖਿਆ ਹੈ ਕਿ 144 ਇੰਪੋਜ਼ ਹੋ ਗਈ ਹੈ। ਉਹ ਕਿਉਂ ਹੋਈ ਹੈ ਉਹ ਸਾਰਿਆਂ ਨੂੰ ਪਤਾ ਹੈ। ਉਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤੁਸੀਂ ਇਹਦਾ ਕੋਈ ਪੋਲੀਟੀਕਲ ਮਾਈਲੇਜ ਕੋਈ ਵੀ ਪਾਰਟੀ ਨਾ ਲਵੇ। ਪੋਲੀਟੀਕਲ ਮਾਈਲੇਜ ਤਾਂ ਹਰ ਗੱਲ ਤੇ ਹੈ, ਪੋਲੀਟੀਕਲ ਮਾਈਲੇਜ ਨਾ ਲਓ ਨਾ, ਇਹੀ ਤਾਂ ਮੈਂ ਕਹਿ ਰਿਹਾ। ਕੇਪੀ ਜੀ ਫਿਰ ਜਦ ਵਿੱਜ ਸਾਹਿਬ ਵਰਗੇ ਬੰਦੇ ਵਿੱਚ ਬਾਰ ਬਾਰ ਆ ਕੇ ਕੋਈ ਬਿਆਨ ਦੇਗਾ ਤਾਂ ਕੋਈ ਕਾਊਂਟਰ ਬਿਆਨ ਤਾਂ ਦੇਗਾ। ਉਹ ਆ ਕੇ ਕਹਿ ਦਿੰਦੇ ਆ ਮੋਦੀ ਜੀ ਨੇ ਕਰਾਇਆ, ਹਰੇਕ ਕੰਮ ਮੋਦੀ ਜੀ ਨੇ ਕਰਾਇਆ। ਦੇਖੋ ਫਿਰ ਦੂਜੀ ਪਾਰਟੀ ਕੋਈ ਬੈਠੀ ਹੈ, ਚਾਹੇ ਮਸਲਾ ਹੈ ਕਿਸੇ ਵੀ ਲੈਵਲ ਤੇ, ਉਸ ਬਿਆਨ ਦੀ ਗੱਲ ਕਰਦੇ ਹੋ ਥਰੇਸਾ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਵੀ ਸੋਚ ਜਤਾਇਆ ਮੋਦੀ ਸਾਹਿਬ ਦੀ ਵਜ੍ਹਾ ਕਰਕੇ ਸੋਚ ਥਰੇਸਾ ਮੇ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਸੀ, ਸਾਰੇ ਮੰਗ ਕਰਦੇ ਪਏ, ਉੱਥੋਂ ਦੇ ਮੈਂਬਰ ਪਾਰਲੀਮੈਂਟ ਮੰਗ ਕਰਦੇ ਪਏ ਹਾਊਸ ਆਫ ਕਾਮਨਸ ਦੇ ਵਿੱਚ। ਮੈਂ ਕਿਹਾ ਜੀ ਕਿ ਹਾਲੇ ਤਾਈਂ ਦੇਖੀਏ, ਇਹ ਨਹੀਂ ਕਿ ਪਹਿਲੀ ਵਾਰ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ, ਮਾਫੀ ਤਾਂ ਕੱਲ ਵੀ ਨਹੀਂ ਮੰਗੀ, ਉਹਦੇ ਪਹਿਲੇ ਵੀ 2003 ਵਿੱਚ ਜਦੋਂ ਪ੍ਰਾਈਮ ਮਿਨਿਸਟਰ ਥੇ। ਹਾਂ, ਕਹਿਣ ਦਾ ਮਤਲਬ ਹੈ ਕਿ ਹੁਣ ਜੇ ਮੇਰੇ ਸਾਥੀ ਰਾਠੌਰ ਸਾਹਿਬ ਕਹਿੰਦੇ ਨੇ ਆਜ ਪਾਰਲੀਮੈਂਟ ਮੈਂ ਉੱਥੇ ਜਿਹੜਾ ਅਫਸੋਸ ਨੀਅਰਿੰਗ ਟੂ ਦ ਫੀਲਿੰਗ ਆਫ ਕਿ ਸੌਰੀ, ਉੱਥੇ ਸੌਰੀ ਮੰਗਣਾ ਉਹਨਾਂ ਦਾ ਬਿਲਕੁਲ, ਦੇਖੀਏ ਸੌਰੀ ਨਹੀਂ ਮੰਗਿਆ, ਸੌਰੀ ਨਹੀਂ ਮੰਗਿਆ, ਨਹੀਂ ਮੰਗਿਆ। ਮੈਂ ਕਹਿੰਦਾ, ਮੈਂ ਕਹਿੰਦਾ ਰਿਗਰੈਟ ਕੀਤਾ ਜੀ, ਸੌਰੀ ਦੇਖੀਏ ਦੋ ਤਰ੍ਹਾਂ ਦੀ ਚੀਜ਼, ਇੱਕ ਤੋਂ ਦੋ ਤਰ੍ਹਾਂ ਦੀ ਮੰਨੀ ਮੰਗੀ ਜਾਂਦੀ, ਇੱਕ ਤਾਂ ਕਿ ਜਿਹੜਾ ਕਰਨ ਵਾਲਾ ਜਿਹੜਾ ਗਲਤੀ ਕਰਨ ਵਾਲਾ ਉਹਦੀ ਆਤਮਾ ਜਾ ਨਹੀਂ ਸਰਵਾਰੇ ਸਾਹਿਬ ਨਾਲ ਸਵਾਲ ਹੋਰ ਸੀਗਾ, ਤੁਸੀਂ ਕਿਉਂ ਮਜਬੂਰ ਕਰ ਰਹੇ ਹੋ ਮੈਨੂੰ ਸਵਾਲ ਪੁੱਛਣ ਦਾ? ਕਿ ਆਜ ਮੈਂ ਸਵਾਲ ਸਿੰਪਲ ਕਰ ਰਿਹਾ, ਮਿਸਟਰ ਰਠੌਰ ਨੇ ਇਹ ਸਵਾਲ ਪੁੱਛਿਆ ਕਿ ਤੁਸੀਂ ਹਰ ਗੱਲ ਤੇ ਕਹਿੰਦੇ ਹੋ ਕਿ ਮੋਦੀ ਸਾਹਿਬ ਦੀ ਵਜ੍ਹਾ ਕਰਕੇ ਹੋਇਆ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਹਿੰਦੁਸਤਾਨ ਭਾਰਤ ਅੱਗੇ ਨਾਲੋਂ ਮਜ਼ਬੂਤ ਹੋਇਆ, ਇਸ ਮਜ਼ਬੂਤੀ ਦੀ ਵਜ੍ਹਾ ਕਰਕੇ ਕੁਝ ਕਦਮ ਬ੍ਰਿਟਿਸ਼ ਗਵਰਨਮੈਂਟ ਵੀ ਅੱਗੇ ਤੁਰਨੇ ਪਚਕੜੇ ਪਏ? ਮੈਂ ਉਹੀ ਕਹਿ ਰਿਹਾ ਕਿ ਆਜ ਭਾਰਤ ਵਰਸ 131 ਕਰੋੜ ਲੋਕ ਮੋਦੀ ਜੀ ਦੇ ਨੇਤਰ ਤੇ ਜਿਹੜੀ ਸਰਕਾਰ ਇੱਕ ਸਸ਼ਕਤ ਸਰਕਾਰ ਹੈ, ਫਿਰ ਇਸੇ ਫਿਰ ਤੁਸੀਂ ਸਿਆਸਤ ਕਰਦੇ ਹੋ, ਫਿਰ ਮੋਦੀ ਮੋਦੀ ਕਰੀ ਜਾਂਦੇ ਆ, ਆਜ ਜਿਹੜਾ ਜੋ ਹੈ ਤੁਸੀਂ ਸਿਆਸਤ ਉਹ ਜਾ ਕੇ ਉਹਨੂੰ ਮਾਰੇ, ਹੰਪ ਸ਼ਬਦ ਦਾ ਯੂਜ਼ ਕਦੇ ਨਹੀਂ ਕਰਦੇ ਜੀ, ਜਗਤਾਰ ਸਿੰਘੜਾ ਕਿੱਥੇ ਕੀ ਹੋ ਗਿਆ? ਜਗਤਾਰ ਸਿੰਘੜਾ ਮੈਂ ਇਸ ਸਿਆਸਤ ਨੂੰ ਰੋਕ ਨਹੀਂ ਪਾ ਰਿਹਾ, ਨਾ ਇਸ ਮੁਲਕ ਦੀ ਜਨਤਾ ਰੋਕ ਪਾ ਰਹੀ ਹੈ। ਸਵਾਲ ਇਹ ਹੈ ਕਿ ਇਹਨਾਂ ਨੂੰ ਅੱਜ ਵੀ ਉਹ ਸਾਕਾ ਨਹੀਂ ਯਾਦ ਆ ਰਿਹਾ ਹੈਗਾ ਜਿਹੜੇ ਉੱਥੇ ਸ਼ਹੀਦ ਹੋਏ ਆ, ਉਹਨਾਂ ਪੀੜਿਤ ਪਰਿਵਾਰਾਂ ਦੇ ਹੰਝੂ ਇਹਨਾਂ ਨੂੰ ਰੋਕ ਸਕਣ? ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਲਾਰੀਆ ਸਾਹਿਬ ਦੀ ਪਾਰਟੀ ਦਾ ਜਨਮ ਜਿਹੜਾ ਆ ਬਾਅਦ ਵਿੱਚ ਹੋਇਆ, ਇਹ ਮੈਂ ਇਹਨਾਂ ਗੱਲਾਂ 'ਤੇ ਆਉਣਾ ਨਹੀਂ ਸੀ ਚਾਹੁੰਦਾ। ਔਰ ਇਹਨਾਂ ਨੇ ਜੋ ਮੁਲਕ ਦੇ ਵਿੱਚ ਜੋ ਇੰਡੀਆ ਦੇ ਵਿੱਚ ਇਹ ਉਸ ਤੋਂ ਬਾਅਦ ਸਾਰੀਆਂ ਸਰਕਾਰਾਂ ਨੇ ਜੋ ਜੋ ਕੁਛ ਸਾਕੇ ਕੀਤੇ ਆ, ਚਾਹੇ ਉਹ ਕਿਤੇ 10 ਬੰਦਿਆਂ ਦਾ ਆ, ਚਾਹੇ ਕਿਤੇ 5 ਬੰਦਿਆਂ ਦਾ, ਚਾਹੇ 5000 ਬੰਦਿਆਂ ਦਾ ਆ, ਮੈਂ ਇਸ ਮੌਕੇ 'ਤੇ ਹੁਣ ਉਹ ਨਹੀਂ ਗਿਣਨੇ ਚਾਹੁੰਦਾ। ਸੋ ਇਹ ਮਤਲਬ ਇਹ ਇਹਨਾਂ ਨੂੰ ਦਿਸਦੀ ਵੀ ਸਿਰਫ ਰਾਜਗੱਦੀ ਆ, ਸਪੈਸ਼ਲੀ ਸਿਆਸੀ ਲੋਕਾਂ ਦਾ ਜਿਹੜਾ ਮਤਲਬ ਵਪਾਰੀਕਰਨ ਹੋ ਗਿਆ ਨਾ ਸਿਆਸਤ ਦਾ, ਉਹਦੇ ਨਾਲ ਵੀ ਸਿਆਸਤ 'ਚ ਬਹੁਤ ਗਿਰਾਵਟ ਆਈ ਆ, ਔਰ ਇੰਨੀ ਕੁ ਗਿਰਾਵਟ ਆ ਗਈ ਆ ਕਿ ਹੁਣ ਇਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਪੰਜਾਬ ਦੇ ਲੀਡਰ ਜਿਹੜੇ ਆਪਰੇਸ਼ਨ ਬਲੂ ਸਟਾਰ ਤੇ ਰੋਟੀਆਂ ਸੇਕਦੇ ਰਹੇ, ਉਹ ਇਹ ਕਹਿੰਦੇ ਆਪਰੇਸ਼ਨ ਬਲੂ ਸਟਾਰ ਭੁੱਲ ਜਾਣਾ ਚਾਹੀਦਾ, ਉਹ ਇਹ ਕਹਿ ਰਹੇ ਆ ਕਿ ਦਿੱਲੀ 'ਚ ਜਿਹੜਾ ਸਿੱਖ ਕਤਲੇਆਮ ਹੋਇਆ, ਗਲਾਂ 'ਚ ਟਾਇਰ ਪਾ ਕੇ ਸਾੜੇ ਆ, ਉਹ ਭੁੱਲ ਜਾਣੇ ਚਾਹੀਦੇ ਆ। ਇਹਨਾਂ ਨੂੰ ਸਿਰਫ ਤੇ ਸਿਰਫ ਤਾਕਤ ਤੇ ਉਹਦੇ ਨਾਲ ਪੈਸਾ ਕਮਾ ਕੇ ਬਾਹਰਲੇ ਮੁਲਕਾਂ 'ਚ, ਉਹ ਵੀ ਇੱਥੇ ਨਹੀਂ, ਬਾਹਰਲੇ ਮੁਲਕਾਂ 'ਚ ਸਵਿਸ ਬੈਂਕਾਂ 'ਚ ਉੱਧਰ ਦੀ ਹੋੜ ਲੱਗੀ ਹੋਈ ਆ, ਬਾਕੀ ਸਾਰਾ ਬਹੁਤ ਬਹੁਤ ਅਹਿਮ ਸਵਾਲ ਆ ਜਿੱਦਾਂ ਸਾਰੀਆਂ ਛੱਡ ਗਏ ਆ ਇਹ ਡਾਟਾ ਦੇ ਲੋਕ। ਡਾਟਾ ਦਾ ਸਵਾਲ ਬੜਾ ਔਖਾ ਹੈਗਾ ਪਰ ਤੁਹਾਡੇ ਲਈ ਤਾਂ ਸੌਖਾ ਹੋਊਗਾ, ਪਰ ਇਹ ਸਾਡੇ ਲਈ ਬੜਾ ਸਵਾਲ ਔਖਾ ਹੈਗਾ, ਸਾਡੇ ਦੇਸ਼ ਦੇ ਲਈ ਸਵਾਲ ਔਖਾ ਹੈਗਾ। ਅਸੀਂ ਮੰਗ ਕਰਦੇ ਹਾਂ ਕਾਮਾ ਘਾਟਾ ਮਾਰੂ ਤੇ ਟਰੂਡੋ ਮਾਫੀ ਮੰਗਣ, ਅਸੀਂ ਮੰਗ ਕਰਦੇ ਹਾਂ ਥਰੇਸਾ ਮੇ ਮਾਫੀ ਮੰਗਣ, ਅਸੀਂ ਮੰਗ ਉਹ ਬਾਹਰੋਂ ਤਾਂ ਕਰਦੇ ਹੈਗੇ ਹਾਂ, ਅੰਦਰ ਅਸੀਂ ਖੋਖਲੇ ਤਾਂ ਨਹੀਂ ਹੋ ਗਏ? ਦੇਖੋ ਹੰਟਰ ਕਮਿਸ਼ਨ ਦੀ ਰਿਪੋਰਟ ਪੜ੍ਹੋ, ਉਸ ਦੇ ਵਿੱਚ ਚਰਚਲ ਨੇ ਰਿਗਰੈਟ ਦਿੱਤਾ ਸੀ, ਉਸ ਵੇਲੇ ਵੀ ਦਿੱਤਾ ਸੀਗਾ, ਮਤਲਬ ਹੀ ਵਾਜ ਸੈਕਰਟਰੀ ਆਫ ਡਿਫੈਂਸ, ਸੈਕਰਟਰੀ ਆਫ ਡਿਫੈਂਸ ਦਾ ਸੈਕਰਟਰੀ ਸੀਗਾ, ਔਰ ਉਹ ਰਾਈਟ ਵਿੰਗ ਸੀਗਾ ਉੱਥੇ ਦਾ, ਕੰਜ਼ਰਵੇਟਿਵ ਪਾਰਟੀ ਦਾ ਉਹ ਲੀਡਰ ਸੀਗਾ। ਤੋ ਇਸ ਲੇਕਿਨ ਦੂਸਰੇ ਪਾਸੇ ਇੱਕ ਹੋਰ ਐਂਗਲ ਆ ਬਹੁਤ ਇੰਪੋਰਟੈਂਟ, ਜਦੋਂ ਹੰਟਰ ਕਮਿਸ਼ਨ ਨੇ ਇੰਡਾਈਟ ਕੀਤਾ ਓ ਡਵਾਇਰ ਨੂੰ ਤਾਂ ਉੱਥੇ ਫੰਡ ਰੇਜ਼ਿੰਗ ਹੋਈ, ਇੰਗਲੈਂਡ ਦੇ ਵਿੱਚ ਫੰਡ ਰੇਜ਼ਿੰਗ ਹੋਈ ਇਨ ਸਪੋਰਟ ਆਫ ਓ ਡਵਾਇਰ,
ਔਰ ਕਿਪਲਿੰਗ ਵਰਗੇ ਬੰਦਿਆਂ ਨੇ ਜਿਹੜੇ ਸੈਲੀਬ੍ਰੇਟਿਡ ਆਥਰ ਤੇ ਰਾਈਟਰ ਜਿਹੜੇ ਸੀ ਉਹਨਾਂ ਨੇ 10 ਪਾਉਂਡ ਉਸ ਵੇਲੇ ਦਿੱਤੇ ਉਸ ਵੇਲੇ 10 ਪਾਉਂਡ ਵਾਸਤੇ ਬਿਗ ਅਮਾਉਂਟ 50 ਪਾਉਂਡ ਜੀ 50 ਨਹੀਂ 10 ਇਹ ਨੇ ਰੂਡਰਿੰਗ ਕਿਪਲਿੰਗ ਨੇ 50 ਪਾਉਂਡ ਦਿੱਤੇ ਪਰ ਉਹਦਾ ਨਾਂ ਨਹੀਂ ਲਿਸਟ ਵਿੱਚ ਪੈਣ ਦਿੱਤਾ ਉਹਨੇ ਨਹੀਂ ਨਾ ਹੈ ਉਹਦਾ ਲਿਸਟ ਨਹੀਂ ਉਹਨੇ ਕਿਹਾ ਫਿਰ ਕੱਲ ਅਖਬਾਰ ਦੇ ਵਿੱਚ ਉਹ ਮਾਰਨਿੰਗ ਪੋਸਟ ਵਾਲਿਆਂ ਦੇ ਰਾਹੀਂ ਜਿਹੜੀ ਮਾਰਨਿੰਗ ਪੋਸਟ ਉੱਥੋਂ ਨਿਕਲਦੀ ਆ ਉਹਦੇ ਰਾਹੀਂ ਇਵਨ 50 ਪਾਉਂਡ ਦੇ 26000 ਪਾਉਂਡ ਉਹਨਾਂ ਦਿਨਾਂ 'ਚ ਜਿਹੜਾ ਇਸ ਵੇਲੇ 10 ਲੱਖ ਪਾਉਂਡ ਹੈ ਨਹੀਂ ਜ਼ਿਆਦਾ ਹੋਏਗਾ ਡਾਕਟਰ ਮੇਰਾ ਸਵਾਲ ਇਸ ਕਰਕੇ ਸੀਗਾ ਅਸੀਂ ਬਾਹਰ ਬਾਹਰੋਂ ਤਾਂ ਕਹਿ ਰਹੇ ਮਾਫੀ ਮੰਗਣ 84 ਤੇ ਅਸੀਂ ਕੀ ਕੀਤਾ ਨਹੀਂ ਨਹੀਂ ਅਸੀਂ ਕਦ ਮੈਂ ਇਹੀ ਤਾਂ ਗੱਲ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਸੀ ਅੰਦਰੋਂ ਖੋਖਲੇ ਤਾਂ ਨਹੀਂ ਹੋਗੇ 84 ਦਾ ਜਿਹੜਾ ਕਤਲੋ ਗਾਰਤ ਹੈ ਜਿਹੜਾ ਮੈਸੇਕਰ ਹੈ ਜਿਹੜਾ ਅਟੈਕ ਔਨ ਦੀ ਹਾਰਟ ਆਫ ਸਿੱਖਿਜ਼ਮ ਆ ਉਸ ਤੇ ਅੱਜ ਤੱਕ ਨਹੀਂ ਤੁਸੀਂ ਮਾਫੀ ਮੰਗੀ ਔਰ ਜਿਹੜੇ ਉੱਥੇ ਨਿਰਦੋਸ਼ ਪਿਲਗ੍ਰਿਮ ਸੀਗੇ ਔਰ ਉਹ ਵੀ ਐਗਜ਼ੈਕਟਲੀ ਦੇਖੋ ਕਿਸ ਤਰ੍ਹਾਂ ਦੀ ਗੱਲ ਹੈ ਕੈਸੀ ਆਇਰਨੀ ਇਤਿਹਾਸ ਦੀ ਇਹ ਜਲਿਆਂ ਵਾਲਾ ਵਿਸਾਖੀ ਆ ਦੂਸਰੇ ਪਾਸੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਦਿਨ ਮਤਲਬ ਕੈਸੀ ਆਇਰਨੀ ਕੈਸੀ ਟ੍ਰੈਜਡੀ ਹੈ ਕਿਸ ਕੌਮ ਲਈ ਕਿਸ ਲੋਕਾਂ ਲਈ ਸਿੱਖਾਂ ਲਈ ਤੋ ਮਤਲਬ ਇੱਥੇ ਵੀ ਸਿੱਖ ਵਿਚਾਰੇ ਸਿੱਖ ਕਿਉਂ ਕਹਿੰਦੇ ਆ ਅਸੀਂ ਦੇਖੋ ਨਾ ਇੱਥੇ ਦੇਖੇ ਅਸੀਂ ਹਿੰਦੁਸਤਾਨ ਉੱਥੇ ਡਾਕਟਰ ਸਾਹਿਬ ਗੱਲ ਸੁਣ ਲਓ ਨਾ ਦੇਖੋ ਦੇਖੋ ਡੇਲੋ ਸਾਹਿਬ ਸਿੱਖ ਵੀ ਤੋਂ ਉੱਥੇ 300 ਆਦਮੀ ਹੋਰ ਵੀ ਤੋਂ ਸੀ ਮੈਂ ਕਹਿੰਦਾ ਮੈਂ ਤਾਂ ਕਿਹਾ ਆਲਰੇਡੀ ਕਿਹਾ ਮੈਂ ਕਿਹਾ ਆਲਰੇਡੀ ਕਿਹਾ ਦੇਖੋ ਸਾਹਿਬ ਮੈਂ ਆਲਰੇਡੀ ਕਿਹਾ 501 ਸਿੱਖ ਸੀਗੇ 300 ਨਾਨ ਸਿੱਖ ਨਾ ਉੱਥੇ ਤਾਂ ਹਜ਼ਾਰਾਂ ਵਿੱਚ ਮੁਸਲਮਾਨ ਤੇ ਹਿੰਦੂ ਵੀ ਸੀ ਹੈ ਹੀ ਨਹੀਂ ਕੋਈ ਅਰੇ ਨਹੀਂ ਐਸੀ ਨਹੀਂ ਕੋਈ ਹੈ ਨਹੀਂ ਉਹ ਤਾਂ ਕਾਨਪੁਰ ਵਿੱਚ ਵੀ ਸਾਰੇ ਕਿਤੇ ਇਨਸਾਨੀਅਤ ਤੇ ਹਮਲਾ ਹੋਇਆ ਅੰਮ੍ਰਿਤਸਰ ਵਿੱਚ ਵੀ ਸਾਰੇ ਕਿਤੇ ਇਨਸਾਨੀਅਤ ਤੇ ਹਮਲਾ ਹੋਇਆ ਤੁਸੀਂ ਇਹ ਨਾ ਕੋ ਹਿੰਦੂ ਸਿੱਖ ਮੁਸਲਮਾਨ ਛੱਡੋ ਨਾ ਫਿਰ ਤੁਸੀਂ ਛੱਡੋ ਇਨਸਾਨੀਅਤ ਤੇ ਹਮਲਾ ਕੀਤਾ ਇਸ ਮੁਲਕ ਨੂੰ ਮਾਫੀ ਮੰਗਣੀ ਚਾਹੀਦੀ ਕਿ ਨਹੀਂ ਚਾਹੀਦੀ ਉਹਨਾਂ ਮੁੱਦਿਆਂ ਤੇ ਉਹ ਇਨਸਾਨੀਅਤ ਸਰਵਾਰੀਆ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ ਉੱਥੇ ਤਾਂ ਉਹ ਹਿੰਦੂ ਟੈਰਰਿਜ਼ਮ ਦਾ ਐਕਟ ਕਰਕੇ ਹੁਣ ਸਾਰਾ ਸਰਵਾਰੀਆ ਸਾਹਿਬ ਸਾਡੀ ਸਿਆਸਤ ਇੱਥੇ ਆ ਕੇ ਰੁਕ ਜਾਂਦੀ ਹੈ ਸਾਡੀ ਸਿਆਸਤ ਇੱਥੇ ਆ ਕੇ ਸ਼ੂਨੇ ਹੋ ਜਾਂਦੀ ਹੈ ਜ਼ੀਰੋ ਹੋ ਜਾਂਦੀ ਹੈ ਸਾਡੀ ਸਿਆਸਤ ਸਿਫਰ ਹੋ ਜਾਂਦੀ ਹੈ ਸਾਡੀ ਸਿਆਸਤ ਮਾਫ ਕਰਨਾ ਕੇਪੀ ਜੀ ਜੇ ਬ੍ਰੇਕ ਨਹੀਂ ਤਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਐਡੀ ਵੱਡੀ ਟ੍ਰੈਜਡੀ ਜਿਹ 'ਚ ਸਾਰੇ ਦੇਸ਼ ਦੇ ਲੀਡਰਾਂ ਨੇ ਇਹਦੇ ਤੇ ਤਰਾ ਤਰਾ ਹੋਈ ਹੈ ਗੱਲ ਠੀਕ ਹੈ ਕਿ ਗਾਂਧੀ ਜੀ ਉਦੋਂ ਬਾਅਦ ਹੀ ਲੀਡਰ ਬਣੇ ਔਰ ਜਿਹੜੀ ਅਸਲੀ ਦੇਸ਼ ਦੀ ਜੰਗੇ ਆਜ਼ਾਦੀ ਜਿਹੜੀ ਜਿਹਨੇ ਬਾਅਦ 47 ਤੱਕ ਗਈ ਹੈ ਉਦਣ ਹੀ ਫਾਊਂਡੇਸ਼ਨ ਸਭ ਤੋਂ ਵੱਡੀ ਹੋਈ ਹੈ 1919 ਪਰ ਦੂਜੇ ਪਾਸੇ ਜਿਹੜੇ RSS ਦੇ ਲੀਡਰ ਸੀਗੇ VD ਸਵਾਰਕਰ ਉਹ 2010 ਵਿੱਚ ਫੜੇ ਗਏ ਸੀਗੇ ਹਿੰਦੂ ਮਹਾਸਭਾ ਦੇ ਜਿਹੜੇ ਉਹਨਾਂ ਨੇ ਉਹ ਇੱਕ ਪਿਸਤੌਲ ਜਿਹੜਾ ਕਲੈਕਟਰ ਨੂੰ ਮਾਰਿਆ ਸੀ ਮਹਾਰਾਸ਼ਟਰ ਦੇ ਨੂੰ ਉਹਨਾਂ ਦੇ ਉੱਤੇ ਕੇਸ ਬਣਿਆ ਤੇ 50 ਸਾਲ ਲਈ ਉਹਨਾਂ ਨੂੰ ਅੰਦਰ ਕਰਤਾ 2010 ਦੇ ਵਿੱਚ ਉਹ ਉਦੋਂ ਪਹਿਲਾਂ 3 ਵਾਰੀ ਮਾਫੀ ਦੀਆਂ ਲੈਟਰਾਂ ਲਿਖ ਚੁੱਕੇ ਸੀਗੇ ਕਿ ਮੈਨੂੰ ਮਾਫ ਕਰ ਦਿਓ ਮੈਂ ਕੁਝ ਨਹੀਂ ਕਰਦਾ ਬਾਹਰ ਕਰ ਦਿਓ ਔਰ ਚਲੋ 3 ਵਾਰੀ ਤੇ ਪਹਿਲਾਂ ਦੀ ਗੱਲ ਸੀ ਉਹਨਾਂ ਹੀ ਅੰਗਰੇਜ਼ਾਂ ਤੋਂ ਜਿਹੜੇ ਸਾਡੇ ਇੰਨਾ ਕਤਲੋ ਗਾਰਤ ਕਰ ਰਹੇ ਸੀਗੇ 1920 ਦੇ ਵਿੱਚ ਫਿਰ ਉਹਨਾਂ ਨੇ ਮਾਫੀ ਮੰਗੀ ਔਰ ਮਾਫੀ ਕੀ ਮੰਗੀ ਕਿ ਅਸੀਂ ਤੁਹਾਡੇ ਬਿਲਕੁਲ ਲਾਇਲ ਮੈਂ ਰਹੂੰਗਾ ਮੈਂ ਰਾਜਨੀਤੀ 'ਚ ਨਹੀਂ ਜਾਊਂਗਾ ਮੈਂ ਰੋਜ਼ ਥਾਣੇ 'ਚ ਵੀ ਆਪਣੀ ਪ੍ਰੈਜੈਂਸ ਕਰੂੰਗਾ ਮੈਂ ਇੱਕ ਜਗ੍ਹਾ ਦੇ ਵਿੱਚ ਵੀ ਰਹੂੰਗਾ ਮੈਂ ਤੁਹਾਡੀ ਨਿਗ੍ਹਾ ਦੇ ਥੱਲੇ ਰਹੂੰਗਾ ਔਰ ਉਹਨਾਂ ਨੇ 1924 ਤੋਂ ਛੱਡਿਆ ਔਰ ਜੋ ਇੱਥੇ ਹਿੰਦੂਵਾਦ ਫੈਲਾ ਕੇ ਅਤੇ ਮੁਸਲਿਮ ਲੀਗ ਨੂੰ ਮਜ਼ਬੂਤ ਉਹਦੇ ਕਾਊਂਟਰ ਪੋਜ਼ ਕੀਤਾ ਜੋ ਅੱਜ ਹੋ ਰਿਹਾ ਅੱਜ ਵੀ ਹਿੰਦੂ ਸਿੱਖ ਹਿੰਦੂ ਮੁਸਲਮਾਨ ਲਗਾਤਾਰ ਕਿਸੇ ਨਾ ਕਿਸੇ ਰੂਪ 'ਚ ਹੋ ਰਿਹਾ ਉਹ ਇਹੋ ਜਿਹੀ ਫਾਊਂਡੇਸ਼ਨ ਅੰਗਰੇਜ਼ਾਂ ਦੇ ਹੱਕ ਉਹਨੂੰ ਵਰਤਿਆ ਉਸ ਗੱਲ ਨੂੰ ਅੰਗਰੇਜ਼ਾਂ ਨੇ ਵਰਤ ਕੇ ਦੇਸ਼ ਨੂੰ ਵੰਡ ਕਰਤੀ ਔਰ ਅੱਜ ਇਹ ਗੱਲਾਂ ਕਰਦੇ ਆ ਕਿ ਨਹਿਰੂ ਨੇ ਕਰਤੀ ਮੈਨੂੰ ਜਿਹੜਾ ਆਧਾਰ ਬਣਾਇਆ ਗਿਆ ਉੱਥੇ ਉਹ ਸਾਰੇ ਦਾ ਸਾਰਾ ਇਹਨਾਂ ਲੋਕਾਂ ਨੇ ਬਣਾਇਆ ਜਿਹੜੇ ਅੰਗਰੇਜ਼ਾਂ ਦੇ ਨਾਲ ਜੁੜ ਕੇ ਰਹੇ ਆਖਰੀ ਕਮੈਂਟ ਸਾਰੇ ਪੈਨਲਿਸਟ ਦਾ ਅਸੀਂ ਲਵਾਂਗੇ ਬਿਲਕੁਲ ਵਾਪਸ ਆ ਰਹੇ 100 ਸਾਲ ਕੌਣ ਕੌਣ ਮੰਗੇ ਮਾਫੀ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲੇ ਖੂਨੀ ਸਾਕੇ ਸ਼ਤਾਬਦੀ ਮੌਕੇ ਸਰਕਾਰਾਂ ਕੀ ਭੁੱਲੀਆਂ ਬ੍ਰੇਕ ਵਿੱਚ ਵੀ ਡਿਬੇਟ ਚੱਲਦੀ ਰਹਿੰਦੀ ਉਹਦੇ ਵੀ ਕੁਝ ਹਿੱਸੇ ਮੈਂ ਤੁਹਾਡੇ ਨਾਲ ਕਦੇ ਕਰੀ ਸ਼ੇਅਰ ਕਰਦਾ ਰਹਿਣਾ ਹਾਂਜੀ ਸਨਵਾਰੀ ਸਾਹਿਬ ਲਾਸਟ ਕਮੈਂਟ ਤੁਹਾਡੇ ਮਨ ਚਾਹੀਦਾ ਮੈਂ ਹੁਣੇ ਬੜੇ ਜ਼ੋਰ ਨਾਲ ਮੇਰੇ ਪ੍ਰੋਫੈਸਰ ਮਨਜੀਤ ਭਾਈ ਜੀ ਦਾ ਪ੍ਰਲਾਪ ਸੁਣ ਰਿਹਾ ਸੀ ਕਿ ਜੀ ਇਹ ਦੇਖੋ ਇਹ ਉਹਨਾਂ ਦੇ ਨਾਲ ਮਿਲੇ ਹੋਏ ਸੀ ਮੈਂ ਕਹਿਣਾ ਚਾਹੁੰਦਾ ਹੁਣ ਪ੍ਰੋਫੈਸਰ ਢਿੱਲੋਂ ਸਾਹਿਬ ਨੇ ਦੱਸਿਆ
कि इतिहास लिखण वास्ते तीन प्रो चाहिए ने। मनजीत जी ने मैं थोड़ा तरस भी आता है कि इन्होंने वन साइडेड इतिहास पढ़िया हुआ है, जिदा के उदा हूँ साढ़े गुरुआन की कहें कि वह डाकू से वो इतिहास किताबा आदि ने उन्हें उन्हें। मैं पूछना चाहना मनजीत जी कि भगत सिंह जी जानते हो कमेंट सुने दर्शक आपे फैसला करेंगे कौन सही है कौन गलत है। हाँ जी राठौर साहब आखिरी कमेंट थोड़े चाहिए राठौर साहब, कुछ इस डिबेट तो बाद कुछ लग्या कि असी अपनी सियासत में जाके उत्थे जिहड़े वड्डे वड्डे महलां च सियासतदान बैठते हैगे आ जां वड्डे वड्डे कुर्सियां ते बैठते हैगे आ उन्हां नूं जाके असी कुछ कहांगे। देखो मैं पहला भी कहा है ये गल कि असी बिल्कुल सियासत इस मामले च चाहुंदे नहीं, बिल्कुल भी नहीं चाहते। ये 100 करोड़ रुपए की जिहड़ी गल बार बार करी जा रही है, मैं कहा एक स्मारक वास्ते चाहिए जो उस स्थान नू है कि आप हिस्टोरिक होर बनाइए ताजे अगे बच्चों नू भी पता लग सके। और मैं बिल्कुल इस डिबेट मैं आगे उसी गल लिटरेचर दी गल हां जी उसी गल ते क्या भी लिटरेचर सानू वध देना चाहिए साडे यूथ मेरा इशारा देखो मैं उसी गल ते आ गया। जो जेडे सिख बुद्धिजीवी विद्वान बैठे ने देखो जो इन्हां दी जानकारी है शायद साडी तां बिल्कुल असी तां बहुत छोटे हैं इन्हां दे सामने, ये बिल्कुल होना चाहिए सीगा। और इनू भी जड़ा डॉक्यूमेंट कोई बनना चाहिए उसकी इन्वेस्टिगेशन बिल्कुल प्रॉपर क्यों, जिस तरह इन्होंने कहा कि 600-700 के बंदे है, लेकिन मैं कल पढ़ रहा सीगा जेडे उत्थे दे सिविल सर्जन है उन्होंने 1556 बंदे कहे सीगे 1500 अलग अलग है, तो इसकी पूरी प्रॉपर इन्वेस्टिगेशन होकर मैं कहना इन किताबा के अंदर शामिल करके बच्चों नू पढ़ाया जाना चाहिए इस हाके दे बारे। ठीक है, एक चैप्टर तो वैसे है छोटे हुंदे मैं भी पढ़िया सीगा चंजी ब्राड। सवाल यह हैगा कि मैं सियासत उपर उठ के गल कर रहा, सवाल यह हैगा कि श्रोमणी कमेटी इस कोई भूमिका निभा सकती है? देखो कोई दो राय नहीं, जदों दी मैं गल्लां सुनियां ढिल्लों साहब दियां प्रोफेसर साहब दियां जां तुहाडे जिहड़े कीमती गल्लां सुनियां उहदे तों मैनूं भी मन दे विच इह विचार आया सी कि बिल्कुल SCPC दा ऑफिस भी नाल ही है, और जे मान लो गवर्नमेंट इनिशिएटिव लैंदी है क्योंकि गवर्नमेंट कोल बहुत वड्डे फंड हुंदे आ, अगर गवर्नमेंट इनिशिएटिव लैंदी है तां चंगी गल है, नहीं कोशिश करांगे बेनती करके देखांगे कि SGPC भी इहदे विच कुछ ना कुछ कर पावे तां बेहतर रहूगा कि ताकि इतिहास का वेलकम करदा तुहाडी इस कोशिश दा वेलकम करदा मैं। संगेड़ा साहब वेलकम करना चाहिए इस कोशिश नूं, बिल्कुल सानूं सानूं पॉजिटिव ही जाना चाहिए। जो चरणजीत बराड़ हुणा ने गल कही आ बहुत वधिया गल कही है, सानूं इन्हां गल्लां च सियासत तों उपर उठ के गल करनी चाहिए। और वाकई जिहड़ी ढिल्लों साहब ने गल कही आ जां बाकी सारे पैनलिस्ट ने गल कही आ भी सरकारां दी बहुती जरूरत नहीं जां 100 करोड़ दे फंड दी जरूरत नहीं, उहनां मैं सहमत नहीं है। सरकारी फंड दी भी जरूरत है, जो सरकारां दे पद्धर ते फंड नाल जां इमदाद नाल जिहड़ियां चीज़ां बन जाणियां जां प्रॉपर खोज हो जाणी जां खोजां लई यूनिवर्सिटी नूं चंगी यूनिवर्सिटी नूं निरपक्ष खोज लई फंड मुहैया कर देणे ਉਹ ਆਪਣੀ ਜਗ੍ਹਾ ਆ, ਤੇ ਆਪਣੇ ਆਪ ਇਤਿਹਾਸਕਾਰਾਂ ਨੇ ਕੁਝ ਲਿਖ ਦੇਣਾ ਜਾਂ ਖੋਜ ਕਰਨੀ ਜਾਂ ਜਨੂਨੀ ਬੰਦਿਆਂ ਨੇ ਇਹ ਕੰਮ ਕਰਨਾ ਓਨੈਸਟੀ ਨਾਲ, ਉਹ ਅਲੱਗ ਹੈ। ਦੋਨੇ ਚੀਜ਼ਾਂ ਆਪਣੇ ਆਪਣੇ ਅਲੱਗ ਚੱਲਦੀਆਂ, ਸਾਰਿਆਂ ਨੂੰ ਪੈਰਲਲ ਕੰਮ ਕਰਨਾ ਪਊਗਾ। ਬਹੁਤ ਘੱਟ ਜਨੂਨੀ ਬੰਦੇ ਪੈਦਾ ਹੁੰਦੇ ਆ, ਉਹ ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਕਾਰਲ ਮਾਰਕਸ ਇੱਕੋ ਵਾਰੀ ਪੈਦਾ ਹੋਇਆ, PhD ਹੋਣ ਦੇ ਬਾਵਜੂਦ ਉਹ PhD ਸੀਗਾ, ਆਪਣੀ ਸਾਰੀ ਜ਼ਿੰਦਗੀ ਆਰਾਮ ਨਾਲ ਜੀ ਸਕਦਾ ਸੀ। ਉਹ ਭੁੱਖਮਰੀ 'ਚ ਰਹਿ ਕੇ ਉਸ ਬੰਦੇ ਨੇ ਇੱਕ ਫਲਸਫਾ ਲਿਖਤਾ, ਪੈਰਲਲ ਇਕਨੋਮਿਕਸ ਲਿਖਤੀ ਕਿ ਕਿਸਾਨ ਅਤੇ ਮਜ਼ਦੂਰ ਕਿੱਦਾਂ ਰਾਜਸੱਤਾ 'ਤੇ ਕਬਜ਼ਾ ਕਰ ਸਕਦੇ ਆ ਜਿਹੜੇ ਹਮੇਸ਼ਾ ਲੁਟੀਂਦੇ ਆ। ਸੋ ਮੈਂ ਉਸ ਫਲਸਫੇ ਦੀ ਜੇ ਨਹੀਂ ਗੱਲ ਕਰ ਰਿਹਾ, ਮੈਂ ਤੁਹਾਨੂੰ ਨਾ ਇੱਕ ਪੈਰਲਲ ਚੀਜ਼ ਉਹਨੇ ਸਾਰੀ ਜ਼ਿੰਦਗੀ ਲਾ ਕੇ ਬੰਦੇ ਨੇ ਲਿਖੀ ਜਿਹੜੀ ਕਿ ਸਾਰੀ ਦੁਨੀਆ 'ਚ ਪੈਰਲਲ ਆ ਗਈ, ਵੀ ਇੱਕ ਆਹ ਵੀ ਸਿਸਟਮ ਹੈਗਾ। ਇਸ ਤਰ੍ਹਾਂ ਦੇ ਜਨੂਨੀ ਬੰਦੇ ਜਿਹੜੇ ਆ ਬਹੁਤ ਘੱਟ ਹੁੰਦੇ, ਹੋਰ ਬਹੁਤ ਹੈਗੇ ਢਿੱਲੋਂ ਸਾਹਿਬ ਨੇ ਵੀ ਕੁਛ ਗਿਣੇ ਆ, ਬਟ ਸਰਕਾਰਾਂ ਦਾ ਰੋਲ ਵੀ ਵਿੱਚ ਹੋਣਾ ਚਾਹੀਦਾ। ਤੁਸੀਂ ਸਵਾਲ ਉਠਾਇਆ ਵੀ ਅਕਾਲੀ ਦਲ ਨੂੰ ਵੀ ਆਪਣਾ ਰੋਲ ਪਲੇਅ ਕਰਨਾ ਚਾਹੀਦਾ। ਅੱਜ ਦੀ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਨਾਂ ਦੇ ਐਨਸੈਸਟਰਸ ਆ, ਦੇ ਵਰ ਔਨ ਦ ਸਾਈਡ ਆਫ ਦ ਬ੍ਰਿਟਿਸ਼। ਜਦੋਂ ਇਹ ਪੜਤਾਂ ਖੁੱਲ੍ਹਣਗੀਆਂ, ਇਹ ਪੜਤਾਂ ਖੁੱਲ੍ਹਣਗੀਆਂ ਤਾਂ ਪਤਾ ਲੱਗ ਜਾਏਗਾ ਕਿ ਕਿਹਨਾਂ ਬੰਦਿਆਂ ਨੇ ਸਰੋਪੋਜ ਦਿੱਤਾ ਡਾਇਰ ਨੂੰ, ਔਰ ਡਾਇਰ ਨੂੰ ਇਹ ਕਿਹਾ ਵੀ ਇਹ ਵਧੀਆ ਸਿੱਖ ਆ। ਮੈਂ ਦੱਸ ਦਿੰਦਾ, ਸੁੰਦਰ ਸਿੰਘ ਮਜੀਠੀਆ, ਗਲਤ ਗੱਲ ਹੈ ਜੀ ਮੇਰੇ ਕੋਲੇ, ਫਿਰ ਕਿਉਂਕਿ ਮੈਨੂੰ ਪਤਾ ਸੀ ਹਿਸਟਰੀ ਆਊਗੀ, ਮੈਂ ਦੱਸ ਦਿੰਦਾ। ਸੁੰਦਰ ਸਿੰਘ ਮਜੀਠੀਆ ਜਿਹੜੇ ਸੀਗੇ ਉਹਨਾਂ ਦੇ ਫਾਦਰ ਜਨਰਲ ਸੂਰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀਗੇ, ਤੇ ਜੇ ਮੈਂ ਲਿਸਟ ਕੱਢਾਂ ਮੈਂ ਢਿੱਲੋਂ ਸਾਹਿਬ ਨੂੰ ਭੇਜ ਦੂੰਗਾ ਤੇ ਪ੍ਰੋਫੈਸਰ ਸਾਹਿਬ ਨੂੰ ਭੇਜ ਦੂੰਗਾ। ਜੋ ਸਿੱਖ ਧਰਮ ਦੇ ਵਿੱਚ ਇਹਨਾਂ ਦੀ ਦੇਣ ਹੈ, ਜੋ ਖਾਲਸਾ ਕਾਲਜ ਤੋਂ ਲਾ ਕੇ, ਜੋ ਬਾਕੀ ਦੀਆਂ ਸਾਰੀਆਂ ਜਿੰਨੀਆਂ ਵੀ ਇੰਸਟੀਚਿਊਟ ਚੀਫ ਖਾਲਸਾ ਦੀਵਾਨ ਤੋਂ ਲਾ ਕੇ, ਇਹ ਸਾਰੇ ਦੀ ਸਾਰੀ ਹਿਸਟਰੀ ਹੈਗੀ, ਮੈਂ ਪਹਿਲਾਂ ਵੀ ਭੇਜ ਦੂੰਗਾ। ਕਾਂਗਰਸ
ਮੇਰੀ ਬੇਨਤੀ ਸੁਣ ਲਓ ਨਾ, ਤੁਸੀਂ ਗਲਤ ਗਲਤ ਪਾਸੇ ਨੂੰ ਲਿਜਾ ਰਹੇ ਹੋ। ਇਹ ਗੱਲ ਵਿਧਾਨ ਸਭਾ ਦੇ ਵਿੱਚ ਵੀ ਉੱਠੀ ਔਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਸਾਰੀ ਡਿਟੇਲ ਚ ਸਾਰੀ ਪ੍ਰੈਸ ਨੂੰ ਵੀ ਦੱਸੀ ਹੈ। ਇਸ ਕਰਕੇ ਆਪਾਂ ਬੜੀ ਸੰਜੀਦਾ ਕਾਂਗਰਸ ਮੁੱਦਾ ਕਿਉਂ ਚੱਕਦੀ ਹੈ? ਉਹ ਗਲਤ ਗੱਲ ਹੈ ਨਾ, ਮੈਂ ਤਾਂ ਇਹੀ ਕਹਿਣਾ ਗਲਤ ਗੱਲ ਹੈ। ਮੈਂ ਇਹ ਕਹਿਣਾ ਹੈ ਵੀ ਜੇ ਪਿੱਛੇ ਕਿਸੇ ਵੀ ਸਰਕਾਰਾਂ ਤੋਂ ਭਾਵੇਂ 50 ਸਾਲ ਰਾਜ ਕਰਨ ਵਾਲੇ ਤੋਂ ਭਾਵੇਂ ਸਾਡੇ ਤੋਂ ਜੇ ਕੋਈ ਕਮੀ ਪੇਸ਼ੀ ਰਹੀ ਹੈ, ਸਾਨੂੰ ਰਲ ਮਿਲ ਕੇ ਇਹਦੀ ਹਿਸਟਰੀ ਨੂੰ ਬਿਲਟ ਅਪ ਕਰਨਾ ਚਾਹੀਦਾ। ਇੱਕ ਸੁਜੈਸ਼ਨ ਹੈਗਾ ਨਿੱਕਾ ਜਿਹਾ ਕਿ ਜਿਹੜੇ ਪੈਸੇ ਵੱਡੀ ਗਿਣਤੀ 'ਚ ਆਉਂਦੇ ਉਹਦੇ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ, ਪਲੇਅ ਹੋਣੇ ਚਾਹੀਦੇ ਆ, ਲਿਟਰੇਚਰ ਜਨਰੇਟ ਹੋਣਾ ਚਾਹੀਦਾ ਆ, ਔਰ ਖਾਸ ਕਰ ਯੂਥ ਅਤੇ ਚੇਅਰ ਐਸਟੈਬਲਿਸ਼ ਹੋਣੀਆਂ ਚਾਹੀਦੀਆਂ, ਰਿਸਰਚ ਸੈਂਟਰ ਐਸਟੈਬਲਿਸ਼ ਹੋਣੇ ਚਾਹੀਦੇ, ਬਿਨਾਂ ਪੈਸੇ ਤੋਂ ਨਹੀਂ ਹੋ ਸਕਦਾ। ਇੱਕ ਸਵਾਲ ਮੈਂ ਬਹੁਤ ਅਹਿਮ ਕਰਨਾ ਚਾਹੁੰਦਾ ਪ੍ਰਸਮਜੀਤ ਸਿੰਘ, ਮੀਡੀਆ ਨੇ ਬਹੁਤ ਬਹਿਸ ਛੇੜੀ ਹੈਗੀ ਇਸ ਮੁਲਕ ਦੇ ਵਿੱਚ ਰਾਸ਼ਟਰਵਾਦ ਦੇ ਨਾਂ 'ਤੇ, ਸ਼ਹਾਦਤ ਦੇ ਨਾਂ 'ਤੇ, ਉਸ ਬਹਿਸ ਦੇ ਵਿੱਚ ਕੀ ਇਹ ਖੂਨੀ ਸਾਕਾ ਸ਼ਾਮਿਲ ਹੈ ਜਾਂ ਨਹੀਂ? ਮੇਰਾ ਖਿਆਲ ਹੈ ਕਿ ਉਸ ਬਹਿਸ ਦੇ ਤਾਂ ਬਿਲਕੁਲ ਇਹ ਵਿਪਰੀਤ ਹੈਗਾ, ਕਿਉਂਕਿ ਇਹ ਇੱਕ ਦੇਸ਼ ਦੀ ਆਜ਼ਾਦੀ ਲਈ ਸੀ ਜਿਹੜਾ ਅੱਜ ਛਿੜ ਰਿਹਾ, ਜਿਸ ਕਿਸਮ ਦੀ ਬਹਿਸ ਜਿਹੜੀ ਅੱਜ ਕਿਸਮ ਦੀ ਜਿਹੜੀ ਛਿੜੀ ਹੋਈ ਹੈ, ਜਿਹੜੀ ਕਮਿਊਨਲ ਭਾਵਨਾ ਦੀ ਹੈਗੀ, ਉਹ ਤਾਂ ਬਿਲਕੁਲ ਉਹਦੇ ਉਲਟ ਜਾ ਰਹੀ ਬਹਿਸ ਚੱਲ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜੀ ਲੋੜ ਹੈਗੀ, ਜਿਹੜੀ ਦੇਸ਼ ਦੇ ਵਿੱਚ ਵਾਕਿਆ ਹੀ ਸ਼ਹਾਦਤਾਂ ਜਿਹਨਾਂ ਲੋਕਾਂ ਨੇ ਸੈਕੂਲਰ, ਹੁਣ ਮੈਂ ਨਿੱਕੀ ਜਿਹੀ ਗੱਲ ਦੱਸਦਾ, ਕਿਚਲੂ ਜਿਹੜੇ ਸੀਗੇ ਡਾਕਟਰ ਜਿਹੜੇ ਸੈਫੁਦੀਨ ਕਿਚਲੂ ਸੀਗੇ, ਉਹਨਾਂ ਦੇ ਜਿਹੜੇ ਐਨਸੈਸਟਰ ਸੀ ਬ੍ਰਾਹਮਣ ਸੀਗੇ, ਬਾਅਦ ਵਿੱਚ ਉਹ ਕਨਵਰਟ ਕਸ਼ਮੀਰੀ ਸੀਗੇ, ਕਸ਼ਮੀਰੀ ਮੁਸਲਮਾਨ ਸੀਗੇ, ਅਤੇ ਕਿੱਧਰ ਨੂੰ ਕਿੱਥੇ ਲੈ ਗਏ, ਅਤੇ ਉਹ ਬੰਦਿਆਂ ਨੂੰ ਛਡਾਉਣ ਲਈ ਗੁੱਸੇ ਦੇ ਵਿੱਚ ਇਹ ਸਾਰਾ ਵਾਕਿਆ ਬਾਅਦ ਵਿੱਚ ਹੋਇਆ। ਮੈਂ ਮੋਟੇ ਤੌਰ 'ਤੇ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਜੋ ਅੱਜ ਫਿਰਕਾ ਪ੍ਰਸਤੀ ਫਿਰਕਾਵਾਦ ਮਾਫੀ ਮੰਗੇ, ਮੇਰਾ ਸਵਾਲ ਇਹ ਹੈ ਸਾਰੇ ਉਹਨਾਂ ਨੂੰ ਜਿਹੜੇ ਫਿਰਕਾ ਪ੍ਰਸਤੀ ਕਰ ਰਹੇ ਆ ਦੇਸ਼ ਦੇ ਵਿੱਚ, ਜਿਹੜੇ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਿਹਾ ਔਰ ਲਗਾਤਾਰ ਉਸ ਨੂੰ ਇਨਕਰੇਜ ਕਰ ਰਿਹਾ, ਕਦੀ ਮੰਦਿਰ ਦੇ ਨਾਂ 'ਤੇ, ਕਦੀ ਮਸਜਿਦ ਦੇ ਨਾਂ 'ਤੇ। ਦੇਖੋ ਜਿਹੜੀ ਗੱਲ ਨੈਸ਼ਨਲਿਜ਼ਮ ਦੀ ਹੈ ਨਾ, ਇਹ ਨੈਗੇਟਿਵ ਕਨਸੈਪਟ ਆ, ਇਹ ਸਿਰਫ ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ ਆ ਜਿਹੜੀ ਉਹ ਨੈਸ਼ਨਲਿਜ਼ਮ ਦੇ ਨਾਂ 'ਤੇ ਲੜੀ ਗਈ। ਔਰ ਜਿੰਨਾ ਇਨਸਾਨੀਅਤ ਦਾ ਕਾਨ, 3 ਕਰੋੜ ਪਹਿਲਾਂ ਮਰੇ ਫਸਟ ਵਰਲਡ ਵਾਰ ਦੇ ਵਿੱਚ, 6 ਕਰੋੜ ਜਿਹੜੇ ਆ, 9 ਕਰੋੜ ਪਤਾ ਨਹੀਂ, 9 ਕਰੋੜ ਬੰਦਾ ਮਰਿਆ ਸੈਕਿੰਡ ਵਰਲਡ ਵਾਰ ਦੇ ਵਿੱਚ, ਕਿਸ ਚੀਜ਼ 'ਤੇ ਮਰਿਆ? ਔਨ ਦੀ ਨੇਮ ਆਫ ਨੈਸ਼ਨਲਿਜ਼ਮ। ਅੱਜ ਜਿਹੜੀ ਦੁਨੀਆ ਦੀ ਅਵੇਕਨਡ ਇਨਲਾਈਟਡ ਕਮਿਊਨਿਟੀ ਆ, ਜਿਹੜੇ ਇੰਟਲੈਕਚੁਅਲਸ ਆ ਆਲ ਓਵਰ ਦੀ ਵਰਲਡ, ਦੇ ਵਾਂਟ ਟੂ ਰਿਜੈਕਟ ਨੈਸ਼ਨਲਿਜ਼ਮ। ਨੈਸ਼ਨਲਿਜ਼ਮ ਰਿਪਰੈਸਿਵ ਇੱਕ ਕਨਸੈਪਟ ਆ ਜਿਹੜਾ ਕਲੋਨੀਅਲਿਜ਼ਮ ਦੇ ਵਿੱਚੋਂ ਪੈਦਾ ਹੁੰਦਾ। ਬਿਲਕੁਲ। ਤੋ ਨੈਸ਼ਨਲਿਜ਼ਮ ਦਾ ਜਿਹੜੇ ਫਾਊਂਡਰ ਆ ਉਹ ਹਿਟਲਰ ਵਰਗੇ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਇੱਕ ਗੱਲ ਬੜੀ ਇੰਪੋਰਟੈਂਟ ਜਿਹੜੀ ਆ, ਹਿਟਲਰ ਨੇ ਤਾਂ ਕੋਈ ਚੀਜ਼ ਪ੍ਰੋਡਿਊਸ ਕੀਤੀ ਸੀ ਨਾ, ਆ ਜਿਹੜੀ ਹਿੰਦੁਸਤਾਨ ਦੀ ਨੈਸ਼ਨਲਿਜ਼ਮ ਹੈ, ਇਹਨੇ ਡਾਊਨ ਕਰਤੀ ਸਾਰੀ ਇਕਨੋਮੀ ਹਿੰਦੁਸਤਾਨ ਦੀ, ਖਤਮ ਕਰ ਦਿੱਤੀ। ਮੈਨੂੰ ਉਸ ਨੇ ਕੋਈ ਪੋਜ਼ਿਟਿਵ ਗੱਲ ਕੀਤੀ ਸੀ ਹਿਟਲਰ ਨੇ? ਉਸ ਨੇ ਆਪਣੇ ਮੁਲਕ ਦੀ ਇਕਨੋਮੀ, ਆਪਣੇ ਮੁਲਕ ਦੀ ਇੰਡਸਟਰੀ, ਆਪਣੇ ਮੁਲਕ ਦੀ ਡਿਵੈਲਪਮੈਂਟ ਸਿਖਰਾਂ 'ਤੇ ਲੈ ਗਿਆ ਸੀ, ਇਸੇ ਲਈ ਉਹਨੂੰ ਲੋੜ ਸੀ ਕਲੋਨੀਜ਼ ਦੀ। ਅੱਜ ਦੇ ਜਿਹੜੇ ਨੈਸ਼ਨਲਿਸਟ ਆ ਹਿੰਦੁਸਤਾਨ ਦੇ ਸੋ ਕਾਲਡ, ਉਹ ਤਾਂ ਬਰਬਾਦ ਕਰਕੇ ਸਾਡੀ ਇਕਨੋਮੀ ਨੂੰ। ਅੱਜ ਮਤਲਬ ਹਰ ਪਾਸੇ ਅਨਰੈਸਟ ਆ, ਹਰ ਪਾਸੇ ਡਿਸਸੈਟੀਸਫੈਕਸ਼ਨ ਆ, ਕਿਸਾਨ ਤੁਹਾਡਾ ਮਰ ਰਿਹਾ, ਨੌਜਵਾਨ ਨੂੰ ਜੌਬ ਦੇ ਵਾਲੇ ਬਾਗ ਤੋਂ ਗੱਲ ਪਾਸੇ ਗੱਲ ਨਹੀਂ, ਉਹਦੇ ਨਾਲ ਹੀ ਨਹੀਂ ਜਵਾਬ ਨਹੀਂ ਦੇ, ਇਹਨਾਂ ਗੱਲਾਂ ਦੇ ਜਵਾਬ ਅਸੀਂ ਬੜੇ ਚੰਗੇ ਨਾ ਦੇ ਸਕਦੇ ਆ ਮੇਰੇ ਖਿਆਲ ਨਾਲ। ਇਹ ਚਲੋ ਮੈਂ ਇੱਕ ਲਾਸਟ ਸਵਾਲ ਕਰ ਰਿਹਾ, ਮੈਂ ਥੋੜਾ ਵਕਤ ਵੱਧ ਲੈ ਰਿਹਾ ਪ੍ਰਸਮ ਜੀ ਸੇ, ਇਹੋ ਜੇ ਸਾਕੇ ਮੁੜ ਨਾ ਵਾਪਰਨ, ਸਾਨੂੰ ਕਿਹੋ ਜੇ ਖਾਕੇ ਤਿਆਰ ਕਰਨੇ ਚਾਹੀਦੇ ਆ? ਬਿਲਕੁਲ, ਮੇਰਾ ਖਿਆਲ ਹੈ ਕਿ ਇੱਕ ਤੇ ਸੈਕੂਲਰ ਮਾਈਂਡ, ਮਨੁੱਖਵਾਦੀ ਸੋਚ, ਔਰ ਜਿਹੜੀ ਸਿੱਖੀ ਦੇ ਵਿੱਚ ਵੀ ਹੈ, ਔਰ ਹੋਰ ਵੀ ਇੱਥੇ ਬਹੁਤ ਸਾਰੇ ਸਾਧੂ ਸੰਤਾਂ ਕਬੀਰ ਜਾਂ ਹੋਰਨਾਂ ਨੇ, ਇਹ ਸਾਡੇ ਸੂਫੀਆਂ ਨੇ ਵੀ ਦਿੱਤੀ ਹੈ, ਸਾਨੂੰ ਉਹਦੇ ਤੋਂ ਇੰਸਪੀਰੇਸ਼ਨ, ਸਾਰੇ ਧਰਮਾਂ ਨੇ ਦਿੱਤੀ ਹੈਗੀ ਆਪਣੇ ਆਪਣੇ ਢੰਗ ਨਾਲ, ਪਰ ਜੇ ਤੁਸੀਂ ਧਰਮਾਂ ਨੂੰ ਰਾਜਨੀਤੀ ਲਈ ਵਰਤਦੇ ਆ, ਤਾਂ ਉਹ ਧਰਮਾਂ ਨੂੰ ਵੀ ਅਸੀਂ ਬਦਨਾਮ ਕਰਦੇ ਹਾਂ, ਧਰਮਾਂ ਨੂੰ ਵੀ ਅਸੀਂ ਜਿਹੜਾ ਝੂਠੇ ਪਾਉਂਦੇ ਹਾਂ। ਮੇਰਾ ਖਿਆਲ ਹੈ ਕਿ ਰਾਜਨੀਤੀ ਅਤੇ ਧਰਮ ਨੂੰ ਅਲੱਗ ਕਰਕੇ ਜੋ ਇੱਥੇ ਅੱਜ ਦੀ ਲੋੜ ਹੈ ਸਭ ਤੋਂ ਵੱਧ, ਕਿ ਜਿਨ੍ਹਾਂ ਲੋਕਾਂ ਨੇ ਇਹ ਦੇਸ਼ ਨੂੰ ਆਜ਼ਾਦੀ ਦਵਾਈ, ਔਰ ਜੋ ਅੱਜ ਦੇਸ਼ ਅਸਲੀ ਦੇਸ਼ ਭਗਤ ਮਜ਼ਦੂਰ ਕਿਸਾਨ ਇੱਥੋਂ ਦੇ ਜਿਹੜੇ ਸਾਰੇ ਪੈਦਾ ਕਰਕੇ ਦੇਸ਼ ਨੂੰ ਚਲਾ ਰਹੇ ਆ, ਜੇ ਉਹਨਾਂ ਦੀ ਭਗਤੀ ਕਰਾਂਗੇ ਤਾਂ ਇਹ ਦੇਸ਼ ਬਚੂਗਾ। ਜੇ ਅਸੀਂ ਸਿਰਫ ਅਤੇ ਸਿਰਫ ਥੋੜ੍ਹੇ ਜਿਹੇ ਕਾਰਪੋਰੇਟਾਂ ਦੀ, ਜਾਂ ਅਸੀਂ ਉਹਦੇ 'ਚ ਫੌਜ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਭੁਲਾ ਦਾਂਗੇ ਜਿਹੜੇ ਦੇਸ਼ ਨੂੰ ਅਸਲ ਵਿੱਚ ਮੋਢਿਆਂ 'ਤੇ ਚੁੱਕ ਕੇ ਅੱਗੇ ਤੋਰ ਰਹੇ ਆ, ਤਾਂ ਇਹ ਨਾ ਤਾਂ ਦੇਸ਼ ਭਗਤੀ ਹੋਊਗੀ, ਨਾ ਇਹੋ ਜਿਹੀਆਂ ਤੁਸੀਂ ਸਾਨੂੰ ਜਿਹੜੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਕਿਤੇ ਅੱਗੇ ਸਾਨੂੰ ਗੱਲ ਤੁਰੂਗੀ। ਬਹੁਤ ਧੰਨਵਾਦ ਡਾਕਟਰ ਜੀ ਤੁਹਾਡਾ, ਪ੍ਰਸਮਜੀਤ ਸਿੰਘ ਤੁਹਾਡਾ, ਸੁਨਵਾਰੀਆ ਸਾਹਿਬ ਤੁਹਾਡਾ, ਰਠੌਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਚੰਦਨੀ ਸਿੰਘ ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਖੇੜਾ ਤੁਹਾਡਾ ਬਹੁਤ ਧੰਨਵਾਦ, ਸ਼ਤਾਬਦੀ ਸਿਆਸਤ 'ਤੇ ਸਵਾਲ। ਅਸੀਂ ਬਹੁਤ ਸਾਰੇ ਸਵਾਲ ਪੁੱਛੇ ਹੈਗੇ ਆ, ਪਰ ਇਹਨਾਂ ਸਵਾਲਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਅਸੀਂ ਇਸ ਨਤੀਜੇ 'ਤੇ ਜਾ ਕੇ ਪਹੁੰਚੇ ਹੈਗੇ ਹਾਂ
कि इस साके तो सानू एक सीखन का खाका तैयार करना चाहिए ता जो सिक्ख्या दे सकीए अपनी अगली आने वाली पीढ़ी नू। ये सियासत ना कुछ नहीं मिलना, सिक्ख्या देवांगे ते साडी पीढ़ी नू भी पता लगेगा असी मजबूत किवें होना है। जे लिटरेचर पढ़नगे हो तो उन्हां नू पता लगेगा साडे मुल्क विच की कुछ होया सी ते अज की हो रहा इन्हां जिहड़ा सारा गैप हैगा 100 साल का, वो 100 साल दे विच की कुछ वापर हैगा, ये सब कुछ सीखने की जरूरत हैगी है। कोशिश मैं की हैगी इस बहस नू मैं संजीदा ढंग नाल अगे वधावां ते बहुत सारिया कमियां पेशियां रहियां होणगियां ते ओ कमियां पेशियां आने वाले समय में फिर दूर करांगे। पर मीडिया जे खूनी सक ते बहस नहीं कर रहा ते शायद उस मीडिया नू जिहड़ा इस ते बहस नहीं कर रहा उन्हां नू भी माफ़ी मंगनी चाहिए है। बहुत धन्यवाद।